ਤੇ ਪੁੱਜਿਆ ਹੋਇਆ ਹੈ। ਮਾਨ ਹੈ ਕਬੱਡੀ ਜਗਤ ਵਿੱਚ ਬਦੋਵਾਲ ਜ਼ਿਲ੍ਹਾ ਲੁਧਿਆਣਾ ਜਿੱਥੇ ਆਏ ਸਾਲ ਕਬੱਡੀ ਦੇ ਖਿਡਾਰੀਆਂ ਨੂੰ ਗੱਡੀਆਂ ਤੇ ਮੋਟਰਸਾਈਕਲ ਦਿੱਤੇ ਜਾਂਦੇ ਹੈ। ਔਰ ਇਸ ਵਾਰੇ ਕਹਿੰਦੇ ਵੀ ਜਨੇਤਪੁਰੀ ਅਮਰੂ ਨੇ ਬਦੋਵਾਲ ਦਾ ਕਬੱਡੀ ਕੱਪ ਜਿੱਤ ਕਾਰ ਜਿੱਤੀ ਹੈ। ਨਾਲ ਕਹਿੰਦੇ ਵੀ ਸ਼ਮਸ਼ਪੁਰੀਏ ਪ੍ਰੀਤਮ ਦਾ ਸਪੁੱਤਰ ਸੁਲਤਾਨ ਸ਼ਮਸ਼ਪੁਰੀਆ ਜਿਸ ਨੌਜਵਾਨ ਨੇ ਕਹਿੰਦੇ ਵੀ ਕਬੱਡੀ ਜਗਤ ਵਿੱਚ ਵੱਖਰੀਆਂ ਗੱਲਾਂ ਕੀਤੀਆਂ। ਲਓ ਜੀ ਗੁਰਮੀਤੀ ਵਾਲੀ ਦੀ ਟੀਮ ਜਿਹੜੀ ਪੁੱਜੀ ਹੈ ਲੱਲਿਆਂ ਵਾਲੀ ਸਾਈਡ ਤੇ ਦੂਸਰੇ ਬੰਨੇ ਜਿਹੜੀ ਟੀਮ ਹੈ ਸ਼ਕੂਰ ਪਿੰਡ ਦੀ ਹੈ। ਪਹਿਲੀ ਕਬੱਡੀ ਦੇ ਉੱਪਰ ਮੁੰਡਾ ਜੱਫਾ ਖਾ ਬੈਠਾ ਹੈ ਤੇ ਬਹੁਤ ਹੀ ਤਕੜਾ ਚੱਲਦਾ ਹੋਇਆ ਮੁਕਾਬਲਾ ਆਪਾਂ ਤੱਕਾਂਗੇ ਖੇਡ ਮੈਦਾਨ ਦੇ ਵਿੱਚ। ਵੱਧ ਵੀ ਨੌਜਵਾਨਾਂ ਪਾ ਅਗਲੀ ਕਬੱਡੀ ਤੱਕੀਏ ਖੇਡ ਮੈਦਾਨ ਵਿੱਚ। ਬਹੁਤ ਹੀ ਸੋਹਣਾ ਮੈਚ ਸ਼ੁਰੂ ਹੋਇਆ ਕਬੱਡੀ ਦਾ ਇਸ ਖੇਡ ਮੈਦਾਨ ਦੇ ਅੰਦਰ। ਲਓ ਸਾਹਮਣੇ ਖੇਡ ਮੈਦਾਨ ਵਿੱਚ ਜੀਤ ਦੀ ਪਾਈ ਹੋਈ ਕਬੱਡੀ ਹੈ। ਇੱਕ ਹਰਾਜ ਪਿੰਡ ਦੀ ਧਰਤੀ ਦਾ ਜੀਤ ਬੜਾ ਮਸ਼ਹੂਰ ਖਿਡਾਰੀ ਹੋਇਆ। ਇੱਕ ਇਹ ਨੌਜਵਾਨ ਕਹਿੰਦੇ ਵੀ ਸਟਾਈਲ ਜਿਹੜਾ ਦੁੱਲਾ ਕਹਿੰਦੇ ਵੀ ਜਿਵੇਂ ਬੱਗਿਆਂ ਦਾ ਕੌਡੀ ਪਾਉਂਦਾ ਹੈ ਉਸੇ ਤਰ੍ਹਾਂ ਕਬੱਡੀ ਇਹ ਨੌਜਵਾਨ ਪਾਉਂਦਾ ਹੈ ਤੇ ਦੂਸਰੇ ਬੰਨੇ ਕਬੱਡੀ ਜਿਹੜੀ ਗੋਰੇ ਦੀ ਹੈ। ਚੱਲ ਵੀ ਨੌਜਵਾਨ ਹੌਲੀ ਹੌਲੀ ਖੇਡ ਪ੍ਰੇਮੀਆਂ ਦੀ ਵੀ ਗਿਣਤੀ ਜਿਹੜੀ ਵੱਧਦੀ ਜਾ ਰਹੀ ਹੈ ਤੇ ਨਾਲ ਹੀ ਜਿਹੜੀਆਂ ਟੀਮਾਂ ਕਬੱਡੀ ਓਪਨ ਦੀਆਂ ਸਾਡੇ ਦਰਮਿਆਨ ਪੁੱਜ ਰਹੀਆਂ। ਕਬੱਡੀ ਗੋਰੇ ਨੇ ਪਾਈ ਹੈ। ਸ਼ਕੂਰ ਪਿੰਡ ਜਿਹੜਾ ਕਬੱਡੀ ਦੇ ਵਿੱਚ ਬੜਾ ਮੋਹਰੀ ਪਿੰਡ ਹੈ ਜਿੱਥੇ ਆਏ ਸਾਲ ਕਬੱਡੀ ਦਾ ਬਹੁਤ ਤਕੜਾ ਕੱਪ ਸੁੱਖ ਢਿੱਲੋ ਜੀ ਰਟਾਲ ਵਾਲੇ ਆਪਣੇ ਸਹਿਯੋਗ ਨਾਲ ਕਰਵਾਉਂਦੇ ਹੈ ਤੇ ਨੌਜਵਾਨ ਗੱਭਰੂ ਚਾੜ ਬਗਲ ਤੇ ਲਾ ਜਫਾ ਬਹੁਤ ਹੀ ਸੋਹਣਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਗੱਭਰੂ। ਵੱਧ ਵੀ ਨੌਜਵਾਨਾਂ ਪਾ ਅਗਲੀ ਕਬੱਡੀ। ਖਾਰੇ ਕੰਮ ਕਾਰ ਛੱਡ ਆਉਂਦੇ ਨੇ ਖਿਡਾਰੀਆਂ ਦੇ ਹੌਸਲੇ ਲਈ ਤਾੜੀਆਂ ਵਜਾਉਂਦੇ ਨੇ। ਵੇਖਦੇ ਕਬੱਡੀ ਯਾਰੋ ਬੈਟ ਫੜ ਕੇ ਇਹ ਕਬੱਡੀ ਦਾ ਜਨੂਨ ਹੁਣ ਬੋਲਦਾ ਪੰਜਾਬੀਆਂ ਦੇ ਸਿਰ ਚੜ ਕੇ ਇਹ ਕਬੱਡੀ ਦਾ ਜਨੂਨ ਹੁਣ ਬੋਲਦਾ ਪੰਜਾਬੀਆਂ ਦੇ ਸਿਰ ਚੜ ਕੇ ਹਾਰ ਮੈਂ ਦੇਖਦਾ ਵੀ ਸਿਰ ਚੜ ਜਨੂਨ ਜਿਹੜਾ ਕਬੱਡੀ ਦਾ ਪੰਜਾਬੀਆਂ ਦੇ ਬੋਲਦਾ ਉਧਰਲੇ ਬੰਨੇ ਭਿੜਦੇ ਪੰਜਾਬੀਆਂ ਦੇ ਮੁੰਡੇ ਸਾਹਮਣੇ ਦੇਖਦੇ ਵੀ ਬਹੁਤ ਹੀ ਤਕੜੀ ਢੋਲ ਵਾਲਿਆ ਜਾਂ ਢੋਲ ਬੰਦ ਕਰ ਲਾ ਵਿੱਚੋਂ ਵਿੱਚੋਂ ਤੈਨੂੰ ਗਾਇਬ ਮਿਲੂਗਾ ਉਦੋਂ ਤੁਸੀਂ ਡੱਗਾ ਲਾਈ ਚੱਲਿਓ। ਭੰਗੜੇ ਦੀ ਜਿਹੜਾ ਢੋਲ ਸਰਦਾਰ ਹੈ ਖੇਡ ਮੈਦਾਨਾਂ ਦਾ ਕਿਰਪਾ ਕਰਕੇ ਜਦੋਂ ਵਿੱਚ ਗੈਪ ਹੋਊਗਾ ਮੈਂ ਤੈਨੂੰ ਆਪ ਹੀ ਕਹਿ ਦਿਆ ਕਰਾਂਗਾ। ਔਰ ਜਿਵੇਂ ਜਿਵੇਂ ਸਤਿਕਾਰਯੋਗ ਸ਼ਖਸੀਅਤਾਂ ਨੂੰ ਅਸੀਂ ਸਤਿਕਾਰ ਦਿੰਦੇ ਰਹਾਂਗੇ। ਕਬੱਡੀ ਜਿਹੜੀ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਲਾ ਕੋਟ ਕਰੋੜ ਪਿੰਡ ਵਾਲਾ ਜਗਤਾਰ ਕਹਿੰਦੇ ਇਸ ਨੌਜਵਾਨ ਨੂੰ ਇੱਕ ਧਨਾਲੇ ਪਿੰਡ ਵਾਲਾ। ਔਰ ਸਾਹਮਣੇ ਮੈਂ ਦੇਖਦਾ ਕਿ ਜਗਤਾਰ ਨੌਜਵਾਨ ਤਾਰਾ ਆਖਦੇ ਲੋਕੀ ਇਸ ਖਿਡਾਰੀ ਨੂੰ ਮਾਰੇ ਗਏ ਤਾਰਿਆ ਹੋਏ ਹਰਜੀਤ ਨੇ ਆਖਿਆ ਜਾਂਦੀ ਵਾਰੀ ਤੈਨੂੰ ਚੇਤੇ ਕਰ ਕਰਕੇ ਬਰਾੜਾ ਰੋਂਦੀ ਦੁਨੀਆ ਸਾਰੀ। ਆ ਜਿਹੜਾ 2012 ਦਾ ਸਾਲ ਬੜੀਆਂ ਕਠਿਨਾਈਆਂ ਸਾਹਮਣੇ ਆਈਆਂ ਔਰ ਕੁਝ ਜਿਹੜੇ ਖਿਡਾਰੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਤੇ 2013 ਬਾਬਾ ਜੀ ਚੜਿਆ ਸਾਲ ਤੇ ਕਬੱਡੀ ਦੇ ਖਿਡਾਰੀਆਂ ਜਿਹੜੇ ਵਿਆਹ ਰਿਕਾਰਡ ਤੋੜ ਵਿਆਹ ਕਰਾਏ ਖਿਡਾਰੀਆਂ ਨੇ ਤੇ 2012 ਦਾ ਸਾਲ ਕਈ ਜਿਹੜੇ ਘਾਟੇ ਨਾ ਪੂਰੇ ਹੋਣ ਵਾਲੇ ਉਹ ਸਾਨੂੰ ਪਏ ਹੈ ਭਾਵੇਂ ਧੂੜਕੋਟੀਆ ਮੋੜਾ ਤੇ ਭਾਵੇਂ ਅਠੂਰ ਪਿੰਡ ਦਾ ਅਮਨਾ ਤੇ ਕਬੱਡੀ ਦਾ ਬਹੁਤ ਹੀ ਤਕੜਾ ਮੁਕਾਬਲਾ ਚੱਲਦਾ। ਰੈਫਰੀ ਨਾਲ ਕਿੰਤੂ ਪ੍ਰੰਤੂ ਨਹੀਂ ਕਰਨੀ, ਰੈਫਰੀ ਨਾਲ ਕਿਸੇ ਨੇ ਬਹਿਸਬਾਜ਼ੀ ਨਹੀਂ ਕਰਨੀ। ਮੇਰੀ ਬੇਨਤੀ ਹੈ ਕੋਈ ਵੀ ਵੀਰ ਬਹਿਸਬਾਜ਼ੀ ਨਹੀਂ ਕਰਨੀ, ਨਾ ਹੀ ਕਿਸੇ ਨੇ ਲੜਨਾ। ਜੇ ਤੁਸੀਂ ਬਹਿਸਬਾਜ਼ੀ ਕਰੋਗੇ ਟੀਮ ਜਿਹੜੀ ਕੱਢ ਦਿੱਤੀ ਜਾਵੇਗੀ। ਕਿਰਪਾ ਕਰਕੇ ਰੌਲਾ ਨਹੀਂ, ਬੇਨਤੀ ਹੈ ਹੱਥ ਬੰਨ ਕੇ ਪਿਆਰ ਦੇ ਸਤਿਕਾਰ ਨਾਲ ਤੁਸੀਂ ਕਬੱਡੀ ਦਾ ਇਹ ਮੈਚ ਤੱਕਣਾ ਹੈ। ਚੱਲ ਵੀ ਨੌਜਵਾਨਾਂ ਵੱਧ ਕੇ ਪਾ ਕਬੱਡੀ ਗੱਭਰੂਆ ਖੇਡ ਮੈਦਾਨ ਵਿੱਚ। ਪਿਆਰ ਦੀ ਖੇਡ ਹੈ, ਪਿਆਰ ਨਾਲ ਹੀ ਖੇਡਣੀ ਹੈ। ਕਿਸੇ ਵੀ ਖਿਡਾਰੀ ਨੇ ਕੋਈ ਗਿਲਾ ਸ਼ਿਕਵਾ ਨਹੀਂ ਕਰਨਾ, ਕੋਈ ਗੁੱਸਾ ਗਿਲਾ ਨਹੀਂ ਕਰਨਾ। ਇਹਨਾਂ ਨੂੰ ਬੇਨਤੀ ਹੈ ਸਾਰੇ ਖਿਡਾਰੀਆਂ ਨੂੰ ਕਬੱਡੀ 72 ਕਿਲੋ ਆਲ ਓਪਨ ਦੇ ਤੁਸੀਂ ਮੈਚ ਤੱਕਦੇ ਹੋ। Thank you.
ਨਾਲ ਹੀ ਅਸੀਂ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਸਵਰਗੀ ਸਰਦਾਰ ਬੰਤਾ ਸਿੰਘ ਜੀ ਸਰਪੰਚ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਪੋਤਰੇ ਹਰਮਨਦੀਪ ਸਿੰਘ ਜੀ ਸਰਾ ਉਹਨਾਂ ਵੱਲੋਂ 72 ਕਿਲੋ ਦੇ ਬੈਠ ਰੇਟ ਤੇ ਬੈਠੀ ਯਾਫੀ ਨੂੰ 21 ਸੌ ਰੁਪਏ ਦੇ ਸਨਮਾਨ ਦਿੱਤੇ ਜਾਣੇ ਹੈ ਔਰ ਉਹ ਦੱਸ ਦਿੱਤਾ ਜਾਵੇਗਾ ਵੀ ਜਿਹੜੇ ਫਾਈਨਲ ਮੈਚ ਜਾਂ ਸੈਮੀ ਫਾਈਨਲ ਮੈਚਾਂ ਵਿੱਚੋਂ ਖਿਡਾਰੀ ਜਿਹੜੇ ਬੈਸਟ ਰੇਟਰ ਬੈਠੀ ਯਾਫੀ ਕੱਢੇ ਜਾਣਗੇ 21 ਸੌ ਰੁਪਏ ਦੇ ਜਿਹੜੇ ਮਾਨ ਸਨਮਾਨ ਹੈ ਉਹ ਦਿੱਤੇ ਜਾਣਗੇ ਸਾਡੇ ਸਤਿਕਾਰਯੋਗ ਨੇ ਸਵਰਗੀ ਬੰਤਾ ਸਿੰਘ ਜੀ ਸਰਪੰਚ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਪੋਤਰੇ ਹਰਮਨਦੀਪ ਸਿੰਘ ਜੀ ਸਰਾ ਉਹਨਾਂ ਨੇ 21 ਸੌ ਰੁਪਏ ਜਿਹੜੇ ਯੋਗਦਾਨ ਹੈ ਔਰ ਇਹਨਾਂ ਮਹਾਨ ਖਿਡਾਰੀਆਂ ਨੂੰ 21 ਸੌ ਰੁਪਇਆ ਦੇ ਸਨਮਾਨਿਤ ਕਰਨਾ ਹੈ ਨਾਲ ਹੀ ਸਾਡੇ ਕਬੱਡੀ ਦੇ ਮਹਾਨ ਪ੍ਰਮੋਟਰ ਲਖਵੀਰ ਹੀਰਾ ਜੀ ਭਿੰਡਰਾਂ ਵਾਲੇ ਉਹਨਾਂ ਦਾ ਵੀ ਵਿਸ਼ੇਸ਼ ਜਿਹੜਾ ਸਨਮਾਨ ਹੋਣਾ ਅੱਜ ਇਸ ਧਰਤੀ ਤੇ ਕਬੱਡੀ ਦਾ ਮੈਚ ਵੀ ਬਹੁਤ ਤਕੜਾ ਹੈ ਉਧਰਲੇ ਬੰਨੇ ਕਬੱਡੀ ਦੇਖਦੇ ਵੀ ਢਾ ਵੱਜੀ ਆ ਨੌਜਵਾਨੇ ਕਹਿੰਦੇ ਵੀ ਫਰੰਦੀਪੁਰੀ ਗੋਪੀ ਵਾਂਗੂ ਚਾਰ ਬਗਲ ਭਰ ਲੱਕ ਜੱਫਾ ਲਾਇਆ ਹੈ ਚੱਲ ਵੀ ਨੌਜਵਾਨਾਂ ਪਾ ਅਗਲੀ ਕਬੱਡੀ ਕੋਰਸ ਹੋ ਗਿਆ ਤੇ ਇਸ ਤੋਂ ਅਗਲਾ ਮੈਚ ਸ਼ੂਸ਼ਕ ਦੀ ਟੀਮ ਦੇ ਦਰਮਿਆਨ ਖੇਡਿਆ ਜਾਣਾ ਹੈ ਉਹ ਵੀ ਜਿਹੜੀਆਂ ਟੀਮਾਂ ਆਪਣੀ ਤਿਆਰੀ ਰੱਖਣ ਚੱਲਦੇ ਮੈਚ ਵਿੱਚ ਉਹ ਟੀਮਾਂ ਜਿਹੜੀਆਂ ਗਰਾਊਂਡ ਦੇ ਵੱਲ ਪੁੱਜਣਗੀਆਂ ਬੜੀ ਮਿਹਰਬਾਨੀ ਹੋਵੇਗੀ ਉਹਨਾਂ ਟੀਮਾਂ ਦੀ ਔਰ ਕਬੱਡੀ ਦਾ ਮੈਚ ਬਹੁਤ ਤਕੜਾ ਹੈ ਇੱਕ ਬੰਨੇ ਧੰਨਾ ਸ਼ਹੀਦ ਪਿੰਡ ਹੈ ਇਹ ਨੌਜਵਾਨ ਗੱਭਰੂ ਦਾ ਜਿਸ ਕਹਿੰਦੇ ਵੀ ਧਰਤੀ ਤੇ ਕੱਪ ਬਹੁਤ ਤਕੜਾ ਕਬੱਡੀ ਦਾ ਹੁੰਦਾ ਹੈ ਜਗਦੇਵ ਸਿੰਘ ਜੀ ਕਾਲੇ ਹੋਰੀ ਮੋਹਨ ਸਿੰਘ ਜੀ ਧੰਨਾ ਸ਼ਹੀਦ ਕਬੱਡੀ ਦਾ ਬਹੁਤ ਤਕੜਾ ਕੱਪ ਆਪਣੇ ਪਿੰਡ ਦੇ ਸਤਿਕਾਰਯੋਗ ਵੀਰਾਂ ਨਾਲ ਮਿਲ ਜੁਲ ਕੇ ਕਰਾਉਂਦੇ ਨੇ ਜਿਵੇਂ ਅੱਜ ਇਸ ਨਗਰ ਦੇ ਵਿੱਚ ਵੀ ਪੂਰੇ ਪਿੰਡ ਦਾ ਬਹੁਤ ਵੱਡਾ ਸਹਿਯੋਗ ਹੈ ਕਬੱਡੀ ਦਾ ਇੱਕ ਕੱਪ ਆਪਾਂ ਤੱਕ ਰਹੇ ਹਾਂ ਚੱਲ ਵੀ ਨੌਜਵਾਨਾਂ ਵੱਧ ਕੇ ਪਾ ਕਬੱਡੀ ਵਾਧੋ ਵਾਲੀਆਂ ਜਿਵੇਂ ਕਬੱਡੀ ਦਾ ਟਾਪਰ ਖਿਡਾਰੀ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਲਈ ਵਧੇ ਹੋਏ ਖਿਡਾਰੀਆਂ ਦਾ ਜ਼ਿਕਰ ਹੈ ਸ਼ਕੂਰ ਪਿੰਡ ਔਰ ਦੋਵੇਂ ਜਿਹੜੀਆਂ ਟੀਮਾਂ ਕਹਿ ਲਈਏ ਵੀ ਜ਼ਿਲ੍ਹੇ ਫਿਰੋਜ਼ਪੁਰ ਦੀਆਂ ਨੇ ਕਬੱਡੀ ਜਿਹੜੀ ਲਿਸ਼ਕ ਦੇ ਪਿੰਡੇ ਪੈਣ ਪੱਟਾਂ ਵਿੱਚ ਘੁੱਗੀਆਂ ਕੇ ਸਾਹਨਾਂ ਵਾਲੇ ਭੇੜਾਂ ਵਿੱਚ ਤਾਕਤਾਂ ਨੇ ਗੁੱਜੀਆਂ ਵੱਜੀ ਹੋਈ ਕੈਂਚੀ ਦੇ ਉੱਪਰ ਬਹੁਤ ਹੀ ਤਕੜਾ ਜੱਫਾ ਜਿਹੜਾ ਲੱਗ ਚੁੱਕਾ ਹੈ ਚੱਲ ਵੀ ਨੌਜਵਾਨਾਂ ਸੋਨੀ ਅਗਲੀ ਕਬੱਡੀ ਪਾਉਣ ਲਈ ਵਾਧਾ ਹੋਇਆ ਕੋਈ ਕੁਲਬੀਰ ਸਿੰਘ ਆਖਦਾ ਇਸ ਨੌਜਵਾਨ ਖਿਡਾਰੀ ਨੂੰ ਖੇਡ ਮੈਦਾਨ ਦੇ ਵਿੱਚ ਨਾਲ ਹੀ ਓਪਨ ਦੀਆਂ ਟੀਮਾਂ ਪੁੱਜ ਰਹੀਆਂ ਸਾਡੇ ਦਰਮਿਆਨ ਉਹ ਵੀ ਜਿਹੜੀਆਂ ਸਟੇਜ ਦੇ ਉੱਪਰ ਐਂਟਰ ਹੋ ਜਾਣ ਜੱਸਾ ਇਸ ਸਮੇਂ ਕਹਿੰਦੇ ਵੀ ਫੜਿਆ ਹੋਇਆ ਗੁੱਟ ਹੈ ਨੌਜਵਾਨ ਗੱਭਰੂ ਦਾ ਕਿ ਗੁੱਟ ਫੜ ਇੱਕ ਵਾਰੀ ਜੇ ਕੈਂਚੀ ਜੜ ਹੋ ਜਾਵੇ ਫਿਰ ਲੱਗਦਾ ਹੈ ਜਿਵੇਂ ਧਾਵੀ ਫੜ ਹੋ ਜਾਵੇ ਕਿ ਗੁੱਟ ਫੜ ਇੱਕ ਵਾਰੀ ਜੇ ਕੈਂਚੀ ਜੜ ਹੋ ਜਾਵੇ ਵੱਜੀ ਹੋਈ ਕੈਂਚੀ ਦੇ ਵਿਚਕਾਰ ਮੈਂ ਦੇਖਦਾ ਵੀ ਦਰਸ਼ਕਾਂ ਦੀਆਂ ਹਜ਼ਾਰਾਂ ਜਿਹੜੀਆਂ ਨਿਗਾਹਾਂ ਤੱਕਦੀਆਂ ਨੇ ਇਹ ਨੌਜਵਾਨ ਦੇ ਜੱਫੇ ਨੂੰ ਉਧਰਲੇ ਬੰਨੇ ਲਛਮਣ ਘਾਲੀ ਜੀ ਉਹਨਾਂ ਦਾ ਵੱਜਦਾ ਹੋਇਆ ਹੂਟਰ ਦੱਸਦਾ ਹੈ ਵੀ ਕਬੱਡੀ ਜਿਹੜੀ ਸਮੇਂ ਦੀ ਮਥਾਜ ਹੈ ਕਬੱਡੀ ਜਿਹੜੀ ਸਮੇਂ ਦੀ ਮਥਾਜ ਹੈ ਉਧਰਲੇ ਬੰਨੇ ਬੈਟਰੇਟਰ ਦੇ ਬੈਠੀ ਜਾਫੀ ਦੇ ਜਿਹੜੇ ਸਨਮਾਨ ਹੋਣੇ ਹੈ ਜੂਝਣਗੇ ਜਾਫੀ ਵੀ ਜੂਝਣਗੇ ਰੇਡਰ ਵੀ ਔਰ ਮੈਂ ਦੇਖਾਂਗਾ ਵੀ 21 ਸੌ ਰੁਪਏ ਦੇ ਕੇ ਸਨਮਾਨ ਕਬੱਡੀ ਓਪਨ ਦੇ ਵਿੱਚ ਦੋ ਜਿਹੜੇ ਟੀਵੀ ਪਏ ਨੇ ਸਟੇਜ ਦੇ ਉੱਪਰ ਉਹ ਟੀਵੀ ਦਿੱਤੇ ਜਾਣਗੇ ਅੱਜ ਇਹਨਾਂ ਖਿਡਾਰੀਆਂ ਲਈ ਬਹੁਤ ਵੱਡੇ ਮਾਨ ਤੇ ਸਨਮਾਨ ਪਾ ਵੀ ਨੌਜਵਾਨਾਂ ਅਗਲੀ ਕਬੱਡੀ ਗੋਰਾ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਕਿ ਗੋਰਾ ਗੋਲੇ ਵਾਲੀ ਆ ਸੁਕੰਜਾ ਜਾਫਦਾ ਫੜ ਲੈਂਦਾ ਗੁੱਟ ਤੇ ਕਾਪੀ ਉੱਤੇ ਅੰਕ ਛਾਪਦਾ ਉਧਰਲੇ ਬੰਨੇ ਕੋਟ-ਕੋਟ ਦੀ ਧਰਤੀ ਮੰਦਿਰ ਦਾ ਪਿੰਡ ਹੈ ਗੀਤੇ ਦਾ ਪਿੰਡ ਹੈ ਕਿ ਜਾਫੀਆਂ ਚੋਂ ਜਾਫੀ ਗੀਤਾ ਕੋਟ ਕਰੋੜ ਦਾ ਲੱਗੇ ਨਾ ਅੰਦਾਜ਼ਾ ਬੁੱਗੀ ਪੁਰੀਏ ਦੇ ਜ਼ੋਰ ਦਾ ਕਿ ਆਉਂਦਾ ਨਹੀਂ ਅੰਦਾਜ਼ਾ ਬੁੱਗੀ ਪੁਰੀਏ ਦੇ ਜ਼ੋਰ ਦਾ ਕਬੱਡੀ ਜਿਹੜੀ ਖੇਡ ਮੈਦਾਨ ਦੇ ਵਿੱਚ ਨੌਜਵਾਨ ਵੱਧ ਪਾਉਂਦਾ ਹੋਇਆ ਪੱਤਾ ਹੈ 72 ਕਿਲੋ ਭਾਰ ਜਿਵੇਂ 80 ਕਿਲੋ ਭਾਰ ਦੇ ਵਿੱਚ ਮੋਟਰਸਾਈਕਲ ਦਿੱਤੇ ਗਏ ਆ ਬਦੋਵਾਲ ਦੀ ਧਰਤੀ ਤੇ ਬਦੋਵਾਲੀਆ ਵੀਰ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਇੱਕੋ ਜਿਹੇ ਰੰਗ ਤੇ ਇੱਕੋ ਜਿਹਾ ਸਰੀਰ ਹੈ ਖੇਡ ਮੈਦਾਨ ਦੇ ਵਿੱਚ ਬੀਜੇ ਦੀ ਨਾ ਲੋੜ ਪਵੇ ਕਿਸੇ ਇਨਸਾਨ ਨੂੰ ਤੇ ਮੱਖਣ ਬਰਾੜ ਲੋਚੇ ਪੰਜਾ ਸਾਹਿਬ ਜਾਨ ਨੂੰ ਵਸਦਾ ਕੈਨੇਡਾ ਪਿੰਡ ਮਲਕੇ ਆ ਭੌਰ ਦਾ
ਕਿ ਕਰੀ ਕਿਤੇ ਮੇਲਮਾਲਾ ਦਿੱਲੀ ਤੇ ਲਾਹੌਰ ਦਾ। ਬਹੁਤ ਹੀ ਸੋਹਣਾ ਲੱਗਾ ਹੋਇਆ ਜਾਫਾ। ਅਗਲੀ ਕਬੱਡੀ ਸ਼ਕੂਰ ਦੇ ਦਰਵਿੰਦਰ ਦੀ ਹੈ, ਖੇਡ ਮੈਦਾਨ ਦੇ ਵਿੱਚ ਤੱਕਦੇ ਹੈ। ਜਿਸ ਪਿੰਡ ਦਾ ਹਰਮੀਤ ਕੈਨੇਡਾ ਦੇ ਵਿੱਚ ਬਹੁਤ ਤਕੜਾ ਖੇਡਿਆ, ਸ਼ੂਸ਼ਕ ਦੀ ਟੀਮ ਜਿਹੜੀ ਪੁੱਜ ਚੁੱਕੀ ਹੈ, ਕਿਰਪਾ ਕਰਕੇ ਇਹ ਟੀਮਾਂ ਜਿਹੜੀਆਂ ਸਾਈਡ ਤੇ ਹੋ ਕੇ ਬੈਠ ਜਾਣ। ਸ਼ੂਸ਼ਕ ਦੀ ਟੀਮ ਪੁੱਜ ਚੁੱਕੀ ਹੈ, ਕੋਰਸ ਹੋ ਗਿਆ, ਅਗਲੇ ਮੈਚ ਦੀਆਂ ਜਿਹੜੀਆਂ ਟੀਮਾਂ ਨੇ ਉਹ ਵੀ ਕਰ ਤਿਆਰੀ ਗਰਾਊਂਡਾਂ ਦੇ ਵੱਲ ਆਉਣਗੀਆਂ। ਚਾਰ ਜਾਫੀ, ਦੂਸਰੇ ਬੰਨੇ ਫੇਰ ਨੌਜਵਾਨ ਕਹਿੰਦੇ ਵੀ ਖੁੱਚੀ ਲੱਗਾ, ਬਹੁਤ ਤਕੜਾ ਲੱਗਾ ਹੋਇਆ ਜਾਫਾ ਖੇਡ ਮੈਦਾਨ ਵਿੱਚ, ਕਿ ਮਾੜੇ ਜ਼ੋਰ ਵਾਲੇ ਨੂੰ ਤਕੜੇ ਜਾਫੀ ਧਾ ਹੀ ਜਾਂਦੇ ਨੇ। ਤੇਜ਼ ਨਿਗਾਹ ਹੁੰਦੀ ਹੈ ਕਾਂਵਰ ਕੀ ਜਿਹਨਾਂ ਧਾਵੀਆਂ ਦੀ, ਕਿ ਪਤਾ ਨਹੀਂ ਲੱਗਦਾ ਕਿਹੜੇ ਮੌਕੇ ਹੱਥੋਂ ਲਾ ਹੀ ਜਾਂਦੇ ਨੇ। ਲੰਘੇ ਆਣੀਆਂ ਜੋਧਿਆਂ ਦੇ ਦਿਨ ਚਾਰ ਜਵਾਨੀ ਦੇ, ਜਿਹੜੇ ਸਾਂਭ ਲੈਂਦੇ ਉਹ ਗੱਭਰੂ ਸ਼ਾਹ ਹੀ ਜਾਂਦੇ ਨੇ। ਤੁਹਾਡੀ ਪਿਆਰ ਨਾਲ ਉਦਲੇ ਬੰਨੇ ਕੋਰੇ ਵਾਲੀਆ ਬੰਬ ਪਿਆਰ ਦੇ ਪਲ ਮਹਿਸੂਸ ਕਰਦਾ ਹੈ ਉਸ ਖਿਡਾਰੀ ਦੇ ਨਾਲ। ਅਗਲੀ ਜਿਹੜੀ ਕਬੱਡੀ ਹੈ ਉਦਲੇ ਬੰਨੇ ਬੱਲੀਏ ਬਣਾਂਗੇ ਝਾਂਜਰ ਤੇਰੀ ਨਾਲ ਨਾਲ ਤੇਰੇ ਤੁਰਨਾ, ਕਿ ਜਾਂ ਮਿੱਤਰਾਂ ਨੇ ਕੋਕਾ ਬਾਨਾ ਜਾਂ ਅੱਖੀਆਂ ਦਾ ਸੁਰਮਾ, ਕਿ ਨਹੀਂ ਤਾਂ ਪੱਕੇ ਬਣ ਜਾਣਾ ਹੈ ਗਾਨੀ ਤੇਰੀ ਦੇ ਬਣ ਕੇ, ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ। ਬਹੁਤ ਹੀ ਤਕੜਾ ਜਫਾ ਲੱਗਾ, ਉਧਰ ਵੀ ਜਫਾ ਤੇ ਇਧਰ ਵੀ ਜਫਾ। ਕਬੱਡੀ ਜਿਹੜੀ ਗੋਰੇ ਦੀ ਹੈ ਖੇਡ ਮੈਦਾਨ ਵਿੱਚ, ਸੋਨੀ ਦਾ ਵੱਡਾ ਵੀਰ ਹੈ, ਕਹਿੰਦੇ ਵੀ ਸਤਨਾਮ ਨੇ ਕਬੱਡੀ ਇੰਗਲੈਂਡ ਖੇਡੀ ਹੈ। ਇਹ ਨੌਜਵਾਨ ਪੰਜਾਬ ਦੇ ਖੇਡ ਮੇਲੇ ਲੁੱਟਣ ਵਾਲੀ ਗੱਲ ਕਰਦਾ ਹੈ। ਖੇਡ ਮੈਦਾਨ ਵਿੱਚ ਦੇਖਦੇ ਵੀ ਐਨ ਨੌਜਵਾਨ ਕਹਿੰਦੇ ਵੀ ਉਧਰਲੇ ਬੰਨੇ ਖੇਡ ਮੈਦਾਨ ਵਿੱਚ ਰਾਜੂ ਦੇ ਪਿੰਡਾਂ ਕੋਲੇ ਪਿੰਡ ਬੂਟਿਆ ਤੇ ਯਾਫੀਕਾ ਦਾ ਉੱਡਣਾ ਭਰਿੰਡ ਬੂਟਿਆ, ਉੱਡਣੇ ਭਰਿੰਡ ਵਾਂਗੂ ਨੌਜਵਾਨ ਚਿੰਬੜਿਆ ਤੇ ਯਫਾ ਲਾ ਕਰਮਿੱਤੀ ਟੀਮ ਲਈ। ਬਹੁਤ ਸੋਹਣਾ ਪੁਆਇੰਟ ਜੋੜਦਾ, ਕਰਮਿੱਤੀ ਦੀ ਕੋਈ ਬਾਤ ਹੀ ਦੂਰੀ ਨਹੀਂ ਇਸ ਪਿੰਡ ਤੋਂ। ਕਹਿੰਦੇ ਵੀ ਸਾਦਾ ਹੱਥਾਂ ਜਿਹੜੇ ਬੰਨੇ ਮਿਲਦੇ ਨੇ ਕਬੱਡੀ ਦੇ ਵਿੱਚ, 21-21 ਸੌ ਰੁਪਏ ਲਈ ਜੂਝਣਗੇ, ਜਿਵੇਂ ਸਵਰਗੀ ਬੰਤਾ ਸਿੰਘ ਜੀ ਸਰਪੰਚ ਉਹਨਾਂ ਦੇ ਪਰਿਵਾਰ ਵੱਲੋਂ ਨਾਲ ਅਸੀਂ ਧੰਨਵਾਦ ਕਰਦੇ ਹਾਂ। ਸਵਰਗੀ ਸਰਦਾਰ ਜਗਮੇਲ ਸਿੰਘ ਜੀ ਸਰਾਂ, ਸਵਰਗੀ ਸਰਦਾਰ ਅਜਮੇਰ ਸਿੰਘ ਜੀ ਸਰਾਂ, ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਪੋਤਰੇ ਟੋਨੀ ਆਸਟ੍ਰੇਲੀਆ ਜੀ ਸਰਾਂ ਪਰਿਵਾਰ ਲੱਲੇ ਵੱਲੋਂ ਇਸ ਟੂਰਨਾਮੈਂਟ ਕਮੇਟੀ ਨੂੰ 1 ਲੱਖ ਰੁਪਏ ਦਾ ਬਹੁਤ ਜਿਹੜਾ ਵੱਡਾ ਯੋਗਦਾਨ ਹੈ ਉਹਨਾਂ ਨੇ ਦਿੱਤਾ ਹੈ, ਅਸੀਂ ਧੰਨਵਾਦ ਕਰਦੇ ਹਾਂ। ਸਾਡੇ ਸਤਿਕਾਰਯੋਗ ਸਵਰਗੀ ਜਗਮੇਲ ਸਿੰਘ ਜੀ ਸਰਾਂ, ਅਜਮੇਰ ਸਿੰਘ ਜੀ ਸਰਾਂ, ਉਹਨਾਂ ਦੇ ਪੂਰੇ ਪਰਿਵਾਰ ਦਾ, ਸਾਡੇ ਪ੍ਰਵਾਸੀ ਭਰਾ ਕੁਝ ਆਸਟ੍ਰੇਲੀਆ, ਕੁਝ ਕੈਨੇਡਾ, ਕੁਝ USA ਹੈ, ਵੱਖ ਵੱਖ ਕੰਟਰੀਆਂ ਵਿੱਚ ਵਸਦੇ ਭਰਾਵਾਂ ਦਾ ਅਸੀਂ ਬਹੁਤ ਵੱਡਾ ਧੰਨਵਾਦ ਕਰਦੇ ਹਾਂ, ਜਿਹੜੇ ਆਏ ਸਾਲ ਇਸ ਕਬੱਡੀ ਨੂੰ ਬਹੁਤ ਵੱਡੀ ਰਾਸ਼ੀ ਦੇ ਕੇ ਨਵਾਜਦੇ ਨੇ। ਹੈਲੋ ਹਾਂਜੀ, ਬੇਨਤੀ ਕਰਦਾ ਕ੍ਰਿਕਟ ਕਲੱਬ ਨੂੰ ਕਿ ਜਿਨ੍ਹਾਂ ਕੋਲ ਕੁਰਸੀਆਂ ਹੈ ਪਲੀਜ਼ ਇੱਥੇ ਕੁਰਸੀਆਂ ਪਹੁੰਚਦੀਆਂ ਕਰੋ। ਕ੍ਰਿਕਟ ਵਾਲੇ ਪਲੇਅਰ ਜਿਹੜੇ ਕੁਰਸੀਆਂ ਲੈ ਗਏ ਭਾਈ ਉਹ ਇੱਥੇ ਕੁਰਸੀਆਂ ਪਹੁੰਚਦੀਆਂ ਕਰੋ ਜੀ। ਬਹੁਤ ਵੱਡਾ ਸਨਮਾਨ ਹੋਵੇਗਾ ਮੱਟ ਲੱਲੇ, ਸੋਨੀ ਲੱਲੇ, ਰਾਜੂ ਲੱਲੇ, ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤੇ ਜਾਣਗੇ ਇਹਨਾਂ ਖਿਡਾਰੀਆਂ ਦੇ। ਉਧਰਲੇ ਬੰਨੇ 1 ਲੱਖ ਰੁਪਏ ਦੀਆਂ ਰਾਸ਼ੀਆਂ ਦੇ ਕਬੱਡੀ ਨੂੰ ਵੱਡਾ ਪਿਆਰ ਬਖਸ਼ਿਆ। ਨੌਜਵਾਨ ਗੱਭਰੂ ਇੱਕੋ ਜਿਹੇ ਰੰਗ ਤੇ ਇੱਕੋ ਜਿਹੇ ਸਰੀਰਾਂ ਵਿੱਚ, ਪਰ ਤਾਕਤਾਂ ਤੇ ਤਕਨੀਕਾਂ ਵੱਖੋ ਵੱਖਰੀਆਂ। ਕਬੱਡੀ ਓਪਨ ਦੀਆਂ ਟੀਮਾਂ ਜਲਦੀ ਨਾਲ ਸਾਡੇ ਕੋਲ ਐਂਟਰ ਹੋ ਜਾਣ, ਬੜੀ ਮਿਹਰਬਾਨੀ ਹੈ। ਇਸ ਮੈਚਾਂ ਤੋਂ ਬਾਅਦ ਅਸੀਂ ਓਪਨ ਦੀਆਂ ਟਾਂਜਾਂ ਕੱਢਣੀਆਂ। ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਲੱਖਾਂ ਰੁਪਇਆ ਦਿੱਤਾ ਇਸ ਕਬੱਡੀ ਕੱਪ ਲਈ, ਉਹਨਾਂ ਸਤਿਕਾਰਯੋਗ ਵੀਰਾਂ ਦਾ, ਟੋਨੀ ਆਸਟ੍ਰੇਲੀਆ ਜੀ ਔਰ ਪੂਰੇ ਸਰਾਂ ਪਰਿਵਾਰ ਦਾ ਅਸੀਂ ਧੰਨਵਾਦ ਕਰਦੇ ਹਾਂ। 1 ਲੱਖ ਰੁਪਇਆ ਜਿਹੜਾ ਦਿੱਤਾ ਹੈ ਇਸ ਕਬੱਡੀ ਦੇ ਮਹਾਕੁੰਭ ਲਈ। ਉਧਰਲੇ ਬੰਨੇ ਜਿਹੜੀ ਕਬੱਡੀ ਹੈ ਨੌਜਵਾਨ ਖੇਡ ਮੈਦਾਨ ਵਿੱਚ, ਕਹਿੰਦੇ ਵੀ ਚਾੜ ਮਗਲ ਜੇ ਜਫਾ ਲੱਗ ਗਿਆ ਤਾੜੀਆਂ ਵੱਜਣੀਆਂ, ਉੱਡੀ ਮਾਂ ਮਿੱਟੀ ਦੀ ਧੂੜ ਸਾਹਮਣੇ, ਧੂੜ ਅੰਬਰਾਂ ਨੂੰ ਚੜੂ ਪੈਣੇ ਧਰਤੀ ਨੂੰ ਧੱਕੇ, ਜਫਾ ਉਹੀ ਜਾਫੀ ਲਾਊ ਜੀ ਦੇ ਹੱਥ ਹੋਣੇ ਪੱਕੇ, ਜਫਾ ਉਹੀ ਜਾਫੀ ਲਾਊ ਜੀ ਦੇ ਹੱਥ ਹੋਣੇ ਪੱਕੇ। ਅੱਜ ਉਸੇ ਜਾਫੀ ਨੂੰ ਜਫਾ ਲਾਉਣਾ ਹੈ ਜਿਹਦੇ ਹੱਥ ਪੱਕੇ ਹੋਣਗੇ। ਗਗਨ ਜੀ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਲਾਈਵ ਨੰਬਰ 1 ਦਾ, ਜਿਸ ਦੇ ਜ਼ਰੀਏ ਅੱਜ ਵੱਖ ਵੱਖ ਕੰਟਰੀਆਂ ਵਿੱਚ ਬੈਠੇ ਪੰਜਾਬੀ ਵੀਰ ਵੀ ਇਸ ਕਬੱਡੀ ਨੂੰ ਤੱਕ ਸਕਦੇ ਹੈ। ਕਬੱਡੀ ਜਿਹੜੀ ਖੇਡ ਮੈਦਾਨ ਵਿੱਚ ਗੋਰੇ ਦੀ ਪੈਂਦੀ ਹੋਈ, ਸ਼ਕੂਰ ਦੀ ਤਰਫੋਂ ਨੌਜਵਾਨ ਚਾਰ ਜਿਹੜੇ ਜਾਫੀ ਨੇ ਗੋਰੇ ਵਾਲੀ, ਆ ਬੰਬ ਵੀ ਪੂਰੀ ਤਿਆਰੀ ਵਿੱਚ ਹੈ। ਤੇ ਦੂਸਰੇ ਬੰਨੇ ਧਾਨਾ ਸ਼ਹੀਦ ਪਿੰਡ ਵਾਲਾ, 31 ਅਗਸਤ ਨੂੰ ਕਬੱਡੀ ਦਾ ਬਹੁਤ ਤਕੜਾ ਕੱਪ ਕਰਵਾਇਆ ਜਾਂਦਾ, ਜਿਸ ਪਿੰਡ ਮਾਨ ਹੋਏ ਰਾਣੇ ਵੱਜ ਦੇ ਜੋਤੇ ਸਵਰਾ ਦੇ,
ਬਲਵਿੰਦਰ ਖੱਡੇ ਦੇ ਦੇਵੀ ਦਿਆਲ ਕੁੱਬਿਆਂ ਦਾ ਔਰ ਬਹੁਤ ਸਾਰੇ ਮਾਣ ਜਿਹੜੇ ਗੋਲਡ ਮੈਡਲਾਂ ਦੇ ਨਾਲ ਪਾਏ ਜਾਂਦੇ ਹੈ। ਅੱਜ ਵੀ ਇਸ ਧਰਤੀ ਤੇ ਤਿੰਨ ਖਿਡਾਰੀ ਸਨਮਾਨਿਤ ਕੀਤੇ ਜਾਣਗੇ। ਕਬੱਡੀ ਜਿਹੜੀ ਖੇਡ ਮੈਦਾਨ ਦੇ ਵਿੱਚ ਤੱਕੀਏ ਕਬੱਡੀ ਓਪਨ ਦੀਆਂ ਜਿਹੜੀਆਂ ਟੀਮਾਂ ਨੋਟ ਕਰ ਲੈਣ, ਚੱਲਦੇ ਮੈਚ ਤੱਕ ਅਸੀਂ ਓਪਨ ਦੀਆਂ ਟੀਮਾਂ ਐਂਟਰ ਕਰ ਰਹੇ ਹਾਂ, ਉਹਨਾਂ ਦੀਆਂ ਅਸੀਂ ਟਾਈਆਂ ਕੱਢਣ ਜਾ ਰਹੇ ਹਾਂ। ਜੇ ਕੋਈ ਨਵੀਂ ਟੀਮ ਸਾਡੇ ਦਰਮਿਆਨ ਪਹੁੰਚੀ ਹੈ ਤਾਂ ਕਿਰਪਾ ਕਰਕੇ ਉਹ ਐਂਟਰ ਹੋ ਜਾਵੇ। ਲਾਇਕ ਬੰਨੇ ਕੋਰੇਵਾਲ ਦੀ ਧਰਤੀ ਦਾ ਬੰਬ ਹੈ, ਖੇਡ ਮੈਦਾਨ ਵਿੱਚ ਦੇਖਦੇ ਹੈ ਕਿਸੇ ਨੂੰ ਐਟਮ ਦਾ ਖਿਤਾਬ ਮਿਲਦਾ ਹੈ, ਕਿਸੇ ਨੂੰ ਚੀਤੇ ਦਾ ਮਿਲਦਾ ਹੈ, ਕਬੱਡੀ ਵਿੱਚ ਇਸ ਨਾਜਵਾਨ ਨੂੰ ਬੰਬ ਕਹਿੰਦੇ ਹੈ। ਚਾਰ ਮਤਲਬ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਦਰਸ਼ਕ ਵੀਰੋ, ਜੱਫਾ ਬਹੁਤ ਤਕੜਾ ਹੈ। ਜ਼ਿਲ੍ਹੇ ਮੋਗੇ ਦੀ ਧਰਤੀ ਕੋਰੇ ਵਾਲੇ ਪਿੰਡ ਦੀ ਧਰਤੀ ਦਾ ਬਹੁਤ ਤਕੜਾ ਤੇ ਮੁੰਡੇ ਤੇ ਥੋੜੀ ਸੱਟ ਵੱਜੀ ਹੈ। ਆਵੇ ਕੋਈ ਐਸਾ ਬਲੀ ਕਲੰਦਰ ਰੋਕ ਲਵੇ ਜੋ ਵੱਜਦੀਆਂ ਸੱਟਾਂ ਨੂੰ, ਗੱਜ ਗੱਜ ਹੋ ਜਾਣ ਸੀਨੇ ਚੌੜੇ, ਨਜ਼ਰ ਨਾ ਲੱਗੇ ਪੱਟਾਂ ਨੂੰ। ਇਧਰਲੇ ਬੰਨੇ ਕੋਟ ਸੂਏ ਦੀ ਟੀਮ ਜਿਹੜੀ ਪੁੱਜ ਰਹੀ ਹੈ, ਸਾਡੇ ਫਰੀਦੀ ਵੀਰ ਹੋਰੀ ਬਾਲੀ ਵਰਗੇ ਨੌਜਵਾਨ ਗੇਲੇ ਵਰਗੇ ਪੁੱਜ ਗਏ ਨੇ। ਨਾਲ ਮੈਂ ਦੇਖਦਾ ਵੀ ਘੜਕੇ ਪਿੰਡ ਦਾ ਸਫੀ ਪੁੱਜ ਗਿਆ ਮੇਰਾ ਵੀਰ ਵਿਸ਼ੇ ਤੌਰ ਤੇ। ਬਾਈ ਇੱਕ ਮਿੰਟ ਰੁਕੀ ਆ, ਟੀਮਾਂ ਜਿਹੜੀਆਂ ਇੱਕ ਸਾਈਡ ਤੇ ਹੋ ਕੇ ਬੈਠਣਗੀਆਂ ਜਿੰਨਾ ਚਿਰ ਇਹ ਕਬੱਡੀ ਦਾ ਮੁਕਾਬਲਾ ਚੱਲਦਾ ਹੈ। ਲਾਲ ਜੀ ਨਾਲ ਹੀ ਮੇਰੀ ਬੇਨਤੀ, ਟਰਾਲੀ ਵਿੱਚ ਜਿਹੜਾ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ ਲੰਗਰ, ਉਹ ਵੀ ਸਾਡੇ ਦਰਮਿਆਨ ਪਹੁੰਚ ਚੁੱਕਾ ਹੈ। ਉਹ ਟਰਾਲੀ ਦੇ ਕੋਲੇ ਜਾ ਕੇ ਤੁਸੀਂ ਲੰਗਰ ਛਕ ਸਕਦੇ ਹੋ, ਬਹੁਤ ਮਿਹਰਬਾਨੀ ਹੈ। ਅਗਲਾ ਮੈਚ ਬਹੁਤ ਹੀ ਤਕੜਾ ਹੋਣਾ ਹੈ ਕਿਉਂਕਿ ਟੀਮਾਂ ਭਾਵੇਂ ਥੋੜੀਆਂ ਪਰ ਚੁਣ ਚੁਣ ਕੇ ਜਿਹੜੇ ਪਲੇਅਰ ਪਾਏ ਹੋਏ ਨੇ। ਕੁਲਵੰਤ ਭੜਾਣਾ ਜੀ ਸਾਡੇ ਦਰਮਿਆਨ ਪੁੱਜ ਚੁੱਕੇ ਹੈ, ਕਬੱਡੀ ਦੇ ਮਹਾਨ ਖਿਡਾਰੀ, ਕਬੱਡੀ ਦੇ ਕੋਚ, ਕਬੱਡੀ ਦੇ ਮਾਸਟਰ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਆਪਣੀ ਟੀਮ ਭੜਾਣੇ ਨੂੰ ਲੈ ਕੇ ਅਸੀਂ ਇੱਥੇ ਪਹੁੰਚੇ, ਖਿਡਾਰੀਆਂ ਦਾ ਹਾਰਦਿਕ ਸਵਾਗਤ ਹੈ। ਬਹਿ ਜਾਣ ਦੀ ਟੀਮਾਂ ਥੱਲੇ, ਲੰਗਰ ਜਿਹੜਾ ਪੁੱਜ ਚੁੱਕਾ ਹੈ, ਲੋੜ ਅਨੁਸਾਰ ਜਾ ਕੇ ਤੁਸੀਂ ਲੰਗਰ ਛਕ ਲੈਣਾ ਹੈ। ਤੇ ਕਬੱਡੀ ਫਿਰ ਮੈਂ ਦੇਖਦਾ ਵੀ ਖੇਡ ਮੈਦਾਨ ਵਿੱਚ ਜੱਸਿਆ ਉਧਰਲੇ ਬੰਨੇ ਹਰਮਨਦੀਪ ਸਿੰਘ ਜੀ ਸਰਾਂ ਸਾਹਿਬ ਕਹਿੰਦੇ ਹੈ ਵੀ 2100 ਰੁਪਇਆ ਜਿਹੜਾ ਅਸੀਂ ਦੇਣਾ ਹੈ ਅੱਜ। ਆਪਣੇ ਕਹਿੰਦੇ ਵੀ ਸਵਰਗੀ ਸਰਦਾਰ ਇਕਬਾਲ ਸਿੰਘ ਜੀ ਸਰਪੰਚ, ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਸਪੁੱਤਰ ਆਰ ਕਹਿੰਦੇ ਵੀ ਹਰਮਨਦੀਪ ਸਿੰਘ ਜੀ ਬੈਸਟ ਰੇਟਰ ਬੈਠੀ ਯਾਫੀ ਲਈ, ਜਿੱਥੇ ਕੱਲੇ ਟੀਵੀ ਦਿੱਤੇ ਜਾਣਗੇ ਉੱਥੇ ਕਹਿੰਦੇ ਵੀ ਦੋ ਜਿਹੜੇ ਹੈ 2100 ਰੁਪਏ ਦੇ ਸਨਮਾਨ ਵੀ ਜਿਹੜੇ ਬਖਸ਼ੇ ਜਾਣਗੇ, ਔਰ 1,00,000 ਰੁਪਏ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਉਹ ਬਿਲਕੁਲ ਸਾਡੇ ਜਗਮੇਲ ਸਿੰਘ ਜੀ ਸਰਾਂ ਦੇ ਸਵਰਗੀ ਅਜਮੇਰ ਸਿੰਘ ਜੀ ਸਰਾਂ, ਉਹਨਾਂ ਦੇ ਜਿਹੜੇ ਪੋਤਰੇ ਨੇ ਟੋਨੀ ਆਸਟ੍ਰੇਲੀਆ ਜੀ, ਉਹਨਾਂ ਨੇ ਬਹੁਤ ਵੱਡਾ ਮਾਣ ਜਿਹੜਾ 1,00,000 ਰੁਪਏ ਦਾ ਇਸ ਕਬੱਡੀ ਟੂਰਨਾਮੈਂਟ ਲਈ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਚੱਲ ਵੀ ਨੌਜਵਾਨਾਂ ਪਾ ਕਬੱਡੀ 1,00,000 ਦੀ ਕਬੱਡੀ ਪੈਂਦੀ, ਲਿਸ਼ਕਦੀਆਂ ਫਿਰਨ ਜਵਾਨੀਆਂ, ਹੁਣ ਖਿਡਾਰੀ ਵੀ ਖੁਸ਼ਹਾਲ ਹੋਏ ਨਾ ਬੱਜ ਦੇ ਵਿੱਚ ਸਪੇਰਾਂ ਦੇ। ਔਰ ਖੇਡ ਮੈਦਾਨ ਵਿੱਚ ਕਬੱਡੀ ਜਿਹੜੀ ਨੌਜਵਾਨ ਕੁਲਜੀਤ ਪਾਉਂਦਾ ਹੋਇਆ, ਇੱਕ ਮਲਸੀਆਂ ਦੀ ਧਰਤੀ ਦਾ ਕੁਲਜੀਤ ਆ ਜਿਹਨੇ ਪੰਜਾਬ ਦਾ ਪਹਿਲਾ ਵਰਲਡ ਕਬੱਡੀ ਕੱਪ ਖੇਡਿਆ ਤੇ ਸਵਰਾਜ ਟ੍ਰੈਕਟਰ ਜਿੱਤਿਆ, ਤੇ ਦੂਸਰੇ ਬੰਨੇ ਮੈਂ ਦੇਖਦਾ ਵੀ ਬਹੁਤ ਹੀ ਸੋਹਣੀ ਜਿਹੜੀ ਕੋਸ਼ਿਸ਼ ਹੈ ਨੌਜਵਾਨ ਗੱਭਰੂ ਦੀ ਕੀਤੀ ਹੋਈ ਹੈ, ਮਨੀ ਭਲੂਰ ਵਾਲਾ ਪੁੱਜਿਆ ਹੋਇਆ ਹੈ। ਔਰ ਸਾਡੇ ਵੀਰ ਸਾਰੇ ਸਤਿਕਾਰਯੋਗ ਖਿਡਾਰੀਆਂ ਦਾ ਆਪਾਂ ਧੰਨਵਾਦ ਕਰਦੇ ਹਾਂ। ਨੌਜਵਾਨ ਵੀਰ ਥੱਲੇ ਬੈਠ ਜਾਣ, ਹਜੇ ਉਧਰ ਬੇਨਤੀ ਹੈ ਭਾਈ ਲਾਈਨ ਬਣਾ ਕੇ ਵਾਰੀ ਵਾਰੀ ਜੀ ਲੰਗਰ ਛਕੋ, ਵਾਰੀ ਵਾਰੀ ਲੰਗਰ ਲਓ, ਕਾਲੇ ਨਾ ਪਾਓ, ਸਾਰਿਆਂ ਨੂੰ ਲੰਗਰ ਮਿਲੂਗਾ, ਪਲੀਜ਼ ਲਾਈਨ ਬਣਾ ਕੇ ਲੰਗਰ ਲਓ ਜੀ। ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਲਾਈਨ ਬਣਾ ਕੇ ਵਾਰੀ ਵਾਰੀ ਲੰਗਰ ਛਕੋ, ਲੰਗਰ ਦਾ ਕੋਈ ਘਾਟ ਨਹੀਂ। ਲੰਗਰ ਜਿਹੜਾ ਤੁਸੀਂ ਪਿਆਰ ਤੇ ਸਤਿਕਾਰ ਨਾਲ ਛਕਣਾ ਹੈ, ਕੋਈ ਸਮਾਨ ਨਹੀਂ ਪਾਉਣਾ, ਲੰਗਰ ਦੀ ਜਿਹੜੀ ਮਰਿਆਦਾ ਉਸ ਮਰਿਆਦਾ ਦੇ ਵਿੱਚ ਰਹਿ ਕੇ ਤੁਸੀਂ ਲੰਗਰ ਛਕਣਾ ਹੈ, ਬੜੀ ਮਿਹਰਬਾਨੀ ਹੈ। ਅਗਲਾ ਮੈਚ ਆਪਾਂ ਜਿਹੜਾ ਤੱਕਣਾ ਹੈ ਉਹ ਬਹੁਤ ਹੀ ਤਕੜਾ ਮੈਚ ਹੋਣਾ ਹੈ, ਇੱਕ ਬੰਨੇ ਟੀਮ ਹੋਵੇਗੀ ਕੋਟ ਸੁਗੀਆ ਤੇ ਸ਼ੂਸ਼ਕ ਦੇ ਦਰਮਿਆਨ ਆਪਾਂ ਤੱਕਾਂਗੇ ਕਬੱਡੀ ਦਾ ਮੁਕਾਬਲਾ।
ਦੋਵੇਂ ਜਿਹੜੀਆਂ ਟੀਮਾਂ ਕਬੱਡੀ ਜੰਗ ਦੀਆਂ ਨਾਮੀ ਟੀਮਾਂ ਹੈ। ਸਤਰ ਕਿਲੋ ਭਾਰਤ ਵਿੱਚ ਪਹਿਲਾਂ ਜਿਹੜੀ ਤੂਤੀ ਬੋਲੀ ਉਹ ਭਲੂਰ ਪਿੰਡ ਦੀ ਬੋਲੀ ਤੇ ਫਿਰ ਹੁਣ ਤੂਤੀ ਕਹਿੰਦੇ ਵੀ ਕੋਟ ਸੁਗੇ ਦੀ ਬੋਲਦੀ ਹੈ ਕਿਉਂਕਿ ਇਸ ਸੀਜ਼ਨ ਵਿੱਚ ਬੜੇ ਜਿਹੜੇ ਕਬੱਡੀ ਦੇ ਖੇਡ ਮਿਲੇ ਹੈ ਉਹ ਕੋਟ ਸੁਗੇ ਦੀ ਟੀਮ ਨੇ ਜਿੱਤੇ। ਇੱਕ ਬੰਨੇ ਜਗਤਾਰ ਹੈ ਮਾਰੇ ਗਏ ਤਾਰਿਆ ਹਰਜੀਤ ਨੇ ਆਖਿਆ ਜਾਂਦੀ ਵਾਰੀ ਤੈਨੂੰ ਚੇਤੇ ਕਰ ਕਰਕੇ ਬੜਾੜਾ ਰੋਂਦੀ ਦੁਨੀਆਂ ਸਾਰੀ ਇਹ ਜਗਤਾਰ ਹੈ ਨੌਜਵਾਨ ਕਬਰੂ ਜਿਸ ਪਿੰਡ ਲਈ ਇਸੇ ਪਿੰਡ ਦੇ ਨੌਜਵਾਨ ਨੇ ਲੰਬੇਰਾ ਸਮਾਂ ਕਬੱਡੀ ਖੇਡੀ ਹੈ। ਅਗਲੀ ਜਿਹੜੀ ਕਬੱਡੀ ਤੱਕਾਂਗੇ ਛਾਟਵੇਂ ਜੇ ਸਰੀਰ ਦੇ ਵਿੱਚ ਨੌਜਵਾਨ ਕਬਰੂ ਦੀ ਕਦੇ ਸੱਜੇ ਕਦੇ ਖੱਬੇ ਲਾਓ ਦੇਖਦੇ ਵੀ ਨੌਜਵਾਨ ਕਹਿੰਦੇ ਵੀ ਪੱਟ ਤੂੜਾ ਹਾਂਦਿਆਂ ਵਿੱਚ ਵੜਨ ਦੀ ਕੋਸ਼ਿਸ਼ ਕਰਦਾ ਹੈ ਉਧਰਲੇ ਬੰਨੇ ਹਾਂਦਿਆਂ ਦੇ ਲਾਗੇ ਆ ਜਫਾ ਖਾਣ ਦੀ ਕੋਸ਼ਿਸ਼ ਕਰ ਚੁੱਕਾ ਹੈ ਬਾਹਰ ਨੌਜਵਾਨਾਂ ਕਿ ਸ਼ੀਸ਼ੇ ਮੂਹਰੇ ਛਾਤੀ ਤਾਂ ਹਰੇਕ ਧੜ ਦਾ ਕਿ ਦਾਰਾ ਸਿੰਘ ਘਰ ਵਿੱਚ ਹਰੇਕ ਬਣਦਾ ਪੈਂਦਾ ਇਹ ਗਰਾਊਂਡਾਂ ਵਿੱਚ ਵਾਹ ਜੋਧਿਆ ਲੈਂਦੇ ਨੇ ਬਗਾਨੇ ਪੁੱਤ ਢਾ ਜੋਧਿਆ ਰੱਖਣੀ ਪੈਂਦੀ ਹੈ ਫਲਾ ਚ ਹੱਡੀ ਲੰਘੇ ਆਣੀਆਂ ਕਿ ਫੇਰ ਜਾ ਕੇ ਖੇਡੀ ਜਾਂਦੀ ਹੈ ਕਬੱਡੀ ਲੰਘੇ ਆਣੀਆਂ ਕਿ ਸੱਖ ਹੀ ਨਹੀਂ ਖੇਡਦੀ ਕਬੱਡੀ ਲੰਘੇ ਆਣੀਆਂ। ਇੱਕ ਬੰਨੇ ਭਾਵੇਂ ਮੋਢੇ ਤੋਂ ਥੋੜੀ ਸੱਟ ਹੈ ਪਰ ਉਧਰਲੇ ਬੰਨੇ ਧਾਨਾ ਸ਼ਹੀਦ ਵਾਲਾ ਵੀ ਨੌਜਵਾਨ ਜਨੇਦਪੁਰੀਏ ਅਮਰੂ ਵਾਂਗੂ ਕਿਤੇ ਖੁੱਚੀ ਲੱਗਦਾ ਕਿਤੇ ਕਹਿੰਦੇ ਵੀ ਦੇ ਮਿਸਮਾਰ ਗਬਰੂ ਉੱਪਰ ਚੜ ਜਾਂਦਾ ਹੈ ਤਾਂ ਉਧਰਲੇ ਬੰਨੇ ਬਹੁਤ ਹੀ ਤਕੜੀ ਕੋਸ਼ਿਸ਼ ਗੁੱਟ ਫੜ ਹੁਣ ਖੁੱਚ ਪੱਟੀ ਹੈ ਖੁੱਚ ਪੱਟਣੀ ਕਬੱਡੀ ਵਿੱਚ ਔਖੀ ਹੁੰਦੀ ਲਾਉਣੀ ਧਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖੁਰਾਕ ਮਿੱਤਰੋ ਖਾਧੀਆਂ ਹੋਈਆਂ ਖੁਰਾਕਾਂ ਲਾਈਆਂ ਹੋਈਆਂ ਮਿਹਨਤਾਂ ਦੇ ਜਿਹੜੇ ਮੁੱਲ ਹੈ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਮੁੜਦੇ ਹੈ। ਕਬੱਡੀ ਜਿਹੜੀ ਨੌਜਵਾਨ ਆਹ ਵੀਰ ਜਿਹੜੇ ਬਹਿ ਜਾਓ ਬਹੁਤ ਮਿਹਰਬਾਨੀ ਹੈ ਫਰੀਦੀ ਬਹਿ ਜਾਓ ਬਲਜੀਤ ਥੱਲੇ ਬਹਿ ਜਾਓ ਭਰਾ ਜੀ ਬਾਲੀ ਕੁੰਡਿਆਲ ਪਿੰਡ ਵਾਲਿਆ ਬਹਿ ਜਾ ਥੱਲੇ ਨੌਜਵਾਨਾਂ ਕਬੱਡੀ ਓਪਨ ਦੀਆਂ ਟੀਮਾਂ ਜਿਵੇਂ ਜਿਵੇਂ ਸਾਡੇ ਦਰਮਿਆਨ ਪਹੁੰਚਦੀਆਂ ਜਾ ਰਹੀਆਂ ਹੈ ਕਿਰਪਾ ਕਰਕੇ ਕਬੱਡੀ ਓਪਨ ਦੀਆਂ ਟੀਮਾਂ ਸਾਡੇ ਕੋਲ ਐਂਟਰ ਹੋ ਜਾਣ ਅਸੀਂ ਧੰਨਵਾਦ ਕਰਦੇ ਉਹਨਾਂ ਟੀਮਾਂ ਦਾ। ਕੁਲਵੰਤ ਜੀ ਇੱਕ ਮੈਚ ਸਾਡੇ ਕੋਲੇ ਬਾਕੀ ਹੈ ਆਪਣੀ ਟੀਮ ਜਿਹੜੀ ਐਂਟਰ ਕਰਵਾ ਲਓ ਬੜੀ ਮਿਹਰਬਾਨੀ। ਜਿਵੇਂ ਜਿਵੇਂ ਖਿਡਾਰੀ ਨਜ਼ਰੀ ਪੈਂਦੇ ਜਾਣਗੇ ਮੈਂ ਬੇਨਤੀ ਕਰਦਾ ਰਹਾਂਗਾ ਉਹਨਾਂ ਖਿਡਾਰੀਆਂ ਨੂੰ ਕਿ ਆਪੋ ਆਪਣੀਆਂ ਜਿਹੜੀਆਂ ਟੀਮਾਂ ਹੈ ਉਹ ਤੁਸੀਂ ਐਂਟਰ ਕਰਵਾ ਲਓ ਤਾਂ ਕਿ ਸਮੇਂ ਸਿਰ ਟਾਈਆਂ ਕੱਢ। ਹਾਂਜੀ ਪ੍ਰੀਤ ਜੀ ਆਖਦੇ ਵੀ ਪੂਰੇ 10 ਮਿੰਟ ਤੋਂ ਬਾਅਦ ਅਸੀਂ ਟਾਈਆਂ ਕੱਢ ਦੇਣੀਆਂ ਹੈ ਬੜੀ ਮਿਹਰਬਾਨੀ ਹੈ ਕਬੱਡੀ ਉੱਪਰ ਦੇ ਖਿਡਾਰੀਆਂ ਦੀ। ਔਰ ਉਧਰਲੇ ਬੰਨੇ ਪੰਜਾਬ ਦੇ ਚੁਣ ਚੁਣ ਕੇ ਪਾਏ ਆ ਕਬੱਡੀ ਦੇ ਖਿਡਾਰੀ ਭਾਵੇਂ ਟੀਮਾਂ ਘੱਟ ਹੈ ਪਰ ਮੈਚ ਅਕੈਡਮੀ ਵਰਗੇ ਚੱਲਦੇ ਹੈ। ਉਧਰਲੇ ਬੰਨੇ ਭਰੀ ਹੋਈ ਬਗਲ ਹੈ ਖੇਡ ਮੈਦਾਨ ਵਿੱਚ ਨੌਜਵਾਨ ਗੱਭਰੂ ਨਹੀਂ ਰੀਸਾਂ ਜਵਾਨਾਂ ਪੰਜਾਬ ਦੀ ਕਹਿੰਦੇ ਵੀ ਦੁੱਧ ਮੱਖਣ ਨਾਲ ਪਾਲੀ ਹੋਈ ਜਵਾਨੀ ਹੈ ਇੱਥੇ ਰਖਵਾ ਉਹ ਨੌਜਵਾਨਾਂ ਖੇਡ ਮੈਦਾਨ ਵਿੱਚ ਥੋੜੀ ਸੱਟ ਲੱਗੀ ਹੈ ਗੱਭਰੂ ਦੇ ਸਾਹਮਣੇ ਉਸ ਨੌਜਵਾਨ ਨੂੰ ਫੜ ਮਾਰਨੀ ਤੇ ਕੰਢ ਪਿੱਛੇ ਕੱਢਣੀ ਬੜੀ ਸੌਖੀ ਗਾਲ ਮਿੱਤਰੋ ਪਤਾ ਲੱਗਦਾ ਮੈਦਾਨ ਵਿੱਚ ਆ ਕੇ ਜਦੋਂ ਪੇਚੇ ਪੈਂਦੇ ਆ ਬਗਾਨਿਆਂ ਦੇ ਨਾਲ ਮਿੱਤਰੋ ਇੱਥੇ ਪਤਾ ਲੱਗਦਾ ਵੀ ਕੌਣ ਕਿੰਨੇ ਪਾਣੀ ਵਿੱਚ ਹੈ। ਚੱਲ ਵੀ ਨੌਜਵਾਨਾਂ ਗੋਰਾ ਕਬੱਡੀ ਪੰਧ ਲਈ ਵਾਧਾ ਹੋਇਆ ਕਹਿੰਦੇ ਵੀ ਚਾਰਾਂ ਤੋਂ ਤਿੰਨ ਜਿਹੜੇ ਜਾਫੀ ਹੋ ਚੁੱਕੇ ਨੇ ਇੱਕ ਬੰਨੇ ਬੰਬ ਹੈ ਮਾਰੀ ਜਦੋਂ ਛਾਲ ਲਾ ਕੇ ਜ਼ੋਰ ਪੱਟਾਂ ਨਾਲ ਉਧਰਲੇ ਬੰਨੇ ਜਿੰਦ ਸਲਿਆਣੀ ਫੈਸਲਾ ਕਰਦਾ ਇਸ ਪੰਨ ਦਾ ਵੀ ਟੈਕਨੀਕਲ ਅੰਕ ਜਿਹੜਾ ਪੈਂਦਾ ਜੀ ਉਹ ਧਾਵੀ ਦੇ ਸੀ ਜੁੜਦਾ ਹੋਇਆ ਆ ਵੀ ਨੌਜਵਾਨਾਂ ਭਾਗ ਲਈ ਕਬੱਡੀ ਖੁੱਲਾ ਸਮਾਂ ਦਿੱਤਾ ਗਿਆ ਇਹਨਾਂ ਟੀਮਾਂ ਨੂੰ। ਖੇਡ ਪ੍ਰੇਮੀਆਂ ਨੂੰ ਫੇਰ ਬੇਨਤੀ ਹੈ ਵੀ ਜਿਹੜਾ ਲੰਗਰ ਹੈ ਤੁਸੀਂ ਮਰਿਆਦਾ ਅਨੁਸਾਰ ਹੀ ਛਕਣਾ ਹੈ ਬਹੁਤ ਮਿਹਰਬਾਨੀ ਜਿਹੜੀ ਤੁਸੀਂ ਚਾਹ ਪੀਂਦੇ ਹੋ ਕਿਰਪਾ ਕਰਕੇ ਇੱਥੇ ਚਾਹ ਪੀ ਕੇ ਕੱਪ ਜਿਹੜੇ ਇੱਥੇ ਰੱਖਣੇ ਹੈ ਕਿਸੇ ਨੇ ਕੱਪ ਨਾਲ ਨਹੀਂ ਲਿਜਾਣੇ ਤੇ ਜਿਹੜੀ ਟੈਂਕੀ ਪਾਣੀ ਵਾਲੀ ਹੈ ਉਹਦੇ ਵਿੱਚੋਂ ਪਾਣੀ ਮੇਰਾ ਵੀ ਰੇਹੜੀਆਂ ਵਾਲਾ ਕੋਈ ਨਾ ਭਰੇ ਇਹ ਸਾਡੀ ਟੈਂਕ ਦੀ ਸਟੇਜ ਵਾਲੀ ਵੀਰਾਂ ਲਈ ਜਿਹੜਾ ਪਾਣੀ ਹੈ ਔਰ ਸਾਡੀ ਜਿਹੜੀ ਜ਼ਰੂਰਤ ਲਈ ਰੱਖਿਆ ਹੋਇਆ ਹੈ ਕਿਰਪਾ ਕਰਕੇ ਕੋਈ ਵੀ ਟੈਂਕੀ ਵਿੱਚੋਂ ਪਾਣੀ ਭਰ ਪਾਸੇ ਨਾ ਲੈ ਕੇ ਜਾਵੇ ਇਹ ਸਾਡੇ ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ। ਔਰ ਨਾਲ ਹੀ ਕਬੱਡੀ ਓਪਨ ਦੀਆਂ ਟਾਂਜਾਂ ਇਸ ਮੈਚ ਸਮਾਪਤੀ ਹੁੰਦਿਆਂ ਸਾਰੀ ਅਸੀਂ ਕੱਢ ਦੇਣੀਆਂ ਟਾਂਜਾਂ ਓਪਨ ਟੀਮਾਂ ਦੀਆਂ ਔਰ ਕੁਝ ਟੀਮਾਂ ਸਾਡੇ ਕੋਲ ਐਂਟਰ ਹੋ ਚੁੱਕੀਆਂ ਤਕਰੀਬਨ 15-20 ਜਿਹੜੀਆਂ ਟੀਮਾਂ ਕਬੱਡੀ ਓਪਨ ਦੀਆਂ ਸਾਡੇ ਕੋਲ ਐਂਟਰ ਹੋ ਚੁੱਕੀਆਂ ਹੈ ਉਹਨਾਂ ਦੀਆਂ ਅਸੀਂ ਟਾਂਜਾਂ ਕੱਢਣੀਆਂ ਹੈ। ਮੈਚ ਇਹ ਵੀ ਕਬੱਡੀ ਦਾ ਬਹੁਤ ਤਕੜਾ ਹੈ ਦੋਵੇਂ ਪਾਸੇ ਜਫੇ ਜਿਹੜੇ ਧੜਾ ਧੜ ਲੱਗਦੇ ਨੇ। ਚੱਲ ਵੀ ਨੌਜਵਾਨਾਂ ਪਾ ਕਬੱਡੀ ਘੱਟ ਹੀ ਮੈਚਾਂ ਦੇ ਵਿੱਚ ਇਹੋ ਜਿਹੇ ਜਫੇ ਦੇਖਣ ਨੂੰ ਮਿਲਦੇ ਹੈ
ਕਿਉਂਕਿ ਟਾਵਾਂ ਟਾਵਾਂ ਜਿਹਾ ਜੱਫਾ ਰੇਡਰ ਨੂੰ ਲੱਗਦਾ ਹੈ ਤੇ ਟਾਵਾਂ ਟਾਵਾਂ ਜੱਫਾ ਜਿਹੜੇ ਜਾਫੀ ਲਾਉਂਦੇ ਨੇ ਔਰ ਮੈਂ ਦੇਖਦਾ ਵੀ ਖੇਡ ਮੈਦਾਨ ਵਿੱਚ ਉਧਰਲੇ ਬੰਨੇ ਜੱਸਾ ਧੰਨਾ ਸ਼ਹੀਦ ਦੀ ਧਰਤੀ ਦਾ ਕੋਸ਼ਿਸ਼ ਕਰਦਾ ਹੋਇਆ ਗੱਭਰੂ ਪਰ ਕਹਿੰਦੇ ਵੀ ਹਵਾ ਵਿੱਚ ਉੱਡੀ ਹੋਈ ਜਵਾਨੀ ਆਹ ਗੱਭਰੂ ਗੋਰੇ ਦੀ ਹੈ ਕਿ ਪੰਛੀ ਜਿਵੇਂ ਭਰਦੇ ਨੇ ਉਡਾਰੀ ਉਸਮਾਨਾਂ ਵਿੱਚ ਉਵੇਂ ਗੱਭਰੂ ਪਹਿਲਾਂ ਪਾਉਂਦੇ ਨੇ ਮੈਦਾਨਾਂ ਵਿੱਚ ਚੱਲ ਵੀ ਨੌਜਵਾਨਾਂ ਪਾ ਕਬੱਡੀ ਖੇਡ ਮੈਦਾਨ ਵਿੱਚ ਉਧਰਲੇ ਬੰਨੇ ਸੁਹੇਣੇ ਦਾ ਗੁਰਜੀਤ ਵੀ ਵਿਛੇ ਤਰ ਤੇ ਪੁੱਜ ਗਿਆ ਹੈ ਇਹ ਵੀ ਕਬੱਡੀ ਦਾ ਬਹੁਤ ਤਕੜਾ ਖਿਡਾਰੀ ਹੈ ਕਬੱਡੀ ਪੱਧਰ ਭਾਵੇਂ 70 ਤੇ ਭਾਵੇਂ 65 ਉਧਰਲੇ ਬੰਨੇ ਰਣਜੀਤ ਦਾਲੀ ਹੈ ਨੌਜਵਾਨ ਨੇ ਫਿਰ ਲੱਕ ਦਾ ਮੇਚਾ ਲੈ ਲਿਆ ਮੇਲੇ ਗਿਆ ਤਾਂ ਲਿਆ ਦੀ ਲਹਿੰਗਾ ਵੀ ਲੈ ਜਾ ਮੇਰਾ ਲੱਕ ਮਿਣ ਕੇ ਨੌਜਵਾਨ ਨੇ ਲੱਕ ਦਾ ਮੇਚਾ ਲਿਆ ਖੇਡ ਮੈਦਾਨ ਵਿੱਚ ਚੱਲ ਵੀ ਨੌਜਵਾਨਾਂ ਕਹਿੰਦੇ ਵੀ ਅਮਲੀ ਨਿਭਾਇਆ ਮਾੜਾ ਤੇ ਲੱਕ ਫੜਾਇਆ ਮਾੜਾ ਇਹ ਦੋ ਕਬੱਡੀ ਦੇ ਕੰਮ ਵਿੱਚ ਉਧਰਲੇ ਬੰਨੇ ਝੰਡੇ ਆਣੀਆਂ ਗੋਰਾ ਵੀ ਪੁੱਜ ਗਿਆ ਸਾਡਾ ਜ਼ਿੰਦਗੀ ਦਾ ਸਤਿਕਾਰਯੋਗ ਵੀਰ ਹੈ ਕਬੱਡੀ ਦਾ ਮਹਾਨ ਖਿਡਾਰੀ ਉਸ ਵੀਰ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਝੁੱਕ ਕਬੱਡੀ ਪਾਉਂਦਾ ਹੋਇਆ ਮੁੰਡਾ ਸਟਾਈਲ ਵੇਖੋ ਰੰਗਲੇ ਪੰਜਾਬ ਦੀ ਜਵਾਨੀ ਦਾ ਉਧਰਲੇ ਬੰਨੇ ਕੌਡੀ ਅਤੇ ਗਿੱਧਾ ਯਾਰੋ ਰੰਗਲੇ ਪੰਜਾਬ ਦਾ ਤੇ ਪਾਣੀਆਂ ਚੋਂ ਪਾਣੀ ਕਹਿੰਦੇ ਰਾਵੀ ਤੇ ਝਨਾਬ ਦਾ ਪਾਣੀਆਂ ਚੋਂ ਪਾਣੀ ਕਹਿੰਦੇ ਰਾਵੀ ਤੇ ਝਨਾਬ ਦਾ 2100 ਰੁਪਏ ਦੇ ਬਹੁਤ ਵੱਡੇ ਆਦਰ ਸਤਿਕਾਰ ਦਿੱਤੇ ਜਾਣੇ ਆ ਬੈਸਟ ਇੰਟਰਮੀਟ ਜਾਫੀ ਲਈ ਵਾਹ ਕਿਸਮਤ ਦਿਆ ਬਲੀਆ ਰਿੱਧੀ ਖੀਰ ਤੇ ਬਣ ਗਿਆ ਦਲੀਆ ਉੱਠੋ ਨੌਜਵਾਨਾਂ ਸਾਂਭ ਆਪਣੇ ਆਪ ਨੂੰ ਮਿੱਟੀ ਨਾਲ ਫਰੋਲ ਜੋਗੀ ਆ ਹੁਣ ਲੱਭਣੇ ਨਹੀਂ ਲਾਲ ਗਵਾਚੇ ਕਿ ਤਿੰਨ ਰੰਗ ਨਹੀਂ ਉਹ ਲੱਭਦੇ ਇੱਕ ਹੁਸਨ ਜਵਾਨੀ ਮਾਪੇ ਕਿ ਤਿੰਨ ਰੰਗ ਨਹੀਂ ਉਹ ਲੱਭਦੇ ਉੱਠ ਵੀ ਧੰਨਾ ਸ਼ਹੀਦ ਪਿੰਡ ਵਾਲਿਆ ਔਰ ਆਹ ਵੀ ਨੌਜਵਾਨਾਂ ਖੇਡਾਂ ਖੇਡ ਕੇ ਖੇਡਾਂ ਦੇ ਨੂਰ ਆਉਂਦਾ ਹੈ ਕਬੱਡੀ ਜਿਹੜੀ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਕਬੱਡੀ ਦਾ ਜਨਮ ਪੰਜਾਬ ਦੇ ਵਿੱਚ ਹੋਇਆ ਪਾਲਿਆ ਪਲੋਸਿਆ ਪੰਜਾਬੀ ਸਵਾਰੀਆਂ ਨੇ ਇਹਨੇ ਤੁਰਨਾ ਸਿੱਖਿਆ ਬਾੜਾਂ ਦੇ ਵਿੱਚ ਰਹਿ ਕੇ ਔਰ ਸਾਹਮਣੇ ਇਹਨੂੰ ਸਤਿਕਾਰ ਦਿੱਤਾ ਗੁਰੂਆਂ ਦੀਆਂ ਬਾਣੀਆਂ ਨੇ ਆ ਨੌਜਵਾਨਾਂ ਕਬੱਡੀ ਵਰਲਡ ਦੇ ਵਿੱਚ ਮਸ਼ਹੂਰ ਹੋ ਗਈ ਬਿੜਿੰਗ ਘਰ ਘਰ ਪੈਂਦੀਆਂ ਕਹਾਣੀਆਂ ਨੇ ਕਹਾਣੀ ਕਬੱਡੀ ਦੀ ਘਰ ਘਰ ਪੈਂਦੀ ਹੈ ਖੇਡ ਮੈਦਾਨ ਵਿੱਚ ਉਧਰਲੇ ਬੰਨੇ ਜਗਤਾਰ ਹੈ ਨੌਜਵਾਨ ਗੱਭਰੂ ਇੱਕ ਬੰਨੇ ਗੋਰਾ ਹੈ ਨਹੀਂ ਰੀਸਾ ਨੌਜਵਾਨਾਂ ਘੁੱਟ ਗਾਲ ਜਿਹਨਾਂ ਲਾਉਣ ਵਾਲੀ ਗੱਲ ਹੋਈ ਪਈ ਹੈ ਐਸਾ ਸੀਨੇ ਨਾਲ ਲਾਇਆ ਕੇ ਤਸੱਲੀ ਹੋ ਗਈ ਕਿ ਇਸ਼ਕੇ ਦੀ ਮਾਰੀ ਵੀ ਮੈਂ ਝੱਲੀ ਹੋ ਗਈ ਰੋਗ ਲੱਗਿਆ ਅਵੱਲਾ ਮੈਂ ਅਵੱਲੀ ਹੋ ਗਈ ਐਸਾ ਸੀਨੇ ਨਾਲ ਲਾਇਆ ਕੇ ਤਸੱਲੀ ਹੋ ਗਈ ਫੜ ਗੁੱਟ ਯਾਰ ਕੈਂਚੀ ਨੌਜਵਾਨ ਨੇ ਬਹੁਤ ਤਕੜਾ ਜੱਫਾ ਲਾ ਦਿੱਤਾ ਹੈ ਮੈਚ ਸਮਾਪਤ ਹੈ ਪਿੰਦਾ ਜੀ ਕਿਹੜੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ ਥੋੜਾ ਇਧਰਲੇ ਬੰਨੇ ਆ ਜਾਓ ਕਰਮਿੱਤੀ ਪੁਆਇੰਟ ਦੱਸੋ ਜੀ ਪੁਆਇੰਟ ਪਿੰਦਾ ਜੀ ਥੋੜਾ ਮੈਂ ਵੀ ਤੁਹਾਡੇ ਵੱਲ ਆਉਣਾ ਹੈ ਲਓ ਜੀ ਜਿਹੜਾ ਕਬੱਡੀ ਦਾ ਮੈਚ ਹੋਇਆ ਹੈ ਕਰਮਿੱਤੀ ਦੇ ਪੁਆਇੰਟ ਨੇ ਸਾਢੇ 26 ਪੁਆਇੰਟ ਆ ਜੀ ਕਰਮਿੱਤੀ ਦੇ ਤੇ 24.5 ਜਿਹੜੇ ਪੁਆਇੰਟ ਹੈ ਉਹ ਸਕੂਰ ਦੀ ਟੀਮ ਦੇ ਇਸ ਮੈਚ ਦੀ ਜਿਹੜੀ ਜੇਤੂ ਟੀਮ ਹੈ ਕਰਮਿੱਤੀ ਤਾੜੀਆਂ ਮਾਰ ਦਿਓ ਜੀ ਇੱਕ ਵਾਰੀ ਜੇ ਮੈਚ ਤੁਹਾਨੂੰ ਵਧੀਆ ਲੱਗਾ ਤੇ ਅਗਲਾ ਜਿਹੜਾ ਮੈਚ ਕਬੱਡੀ ਦਾ ਆਪਾਂ ਤੱਕਾਂਗੇ ਉਹ ਸ਼ੂਸ਼ਕ ਤੇ ਕੋਟ ਸੁਗਿਆ ਦੋ ਟੀਮਾਂ ਦੇ ਦਰਮਿਆਨ ਹਾਂਜੀ ਫਿਰ ਤੋਂ ਕਬੱਡੀ ਓਪਨ ਦੀਆਂ ਜਿਹੜੀਆਂ ਟੀਮਾਂ ਜਲਦੀ ਨਾਲ ਸਾਡੇ ਦਰਮਿਆਨ ਐਂਟਰ ਹੋ ਜਾਣ ਅਸੀਂ ਤਾਈਆਂ ਕੱਢਣ ਜਾ ਰਹੇ ਹਾਂ ਕਬੱਡੀ ਦਾ ਮੈਚ ਜਿਹੜਾ ਆਹ ਤਕੜਾ ਬਹੁਤ ਮੈਚ ਹੋਣਾ ਹੈ ਇੱਕ ਬੰਨੇ ਜਿਹੜੀ ਟੀਮ ਹੈ ਸ਼ੂਸ਼ਕ ਪਿੰਡੀ ਹੈ ਔਰ ਦੂਸਰੇ ਬੰਨੇ ਕੋਟ ਸੁਗਿਆ ਦੋ ਟੀਮਾਂ ਦੇ ਦਰਮਿਆਨ ਜਿਹੜੇ ਖਿਡਾਰੀ ਬੜੇ ਟਾਪ ਦੇ ਆਏ ਹੈ ਆਲ ਓਪਨ ਉਹਨੂੰ ਕਿਹਾ ਜਾਂਦਾ ਜਿਹਦੇ ਵਿੱਚ ਸਾਰੇ ਖਿਡਾਰੀ ਖੇਡ ਸਕਦੇ ਹੈ ਅੱਜ ਪਿੰਡ ਪੱਧਰ ਓਪਨ ਦੇ ਮੈਚ ਹੈ ਜਿਹਦੇ ਵਿੱਚ ਦੋ ਜਿਹੜੇ ਪਲੇਅਰ ਬਾਹਰ ਦੇ ਖੇਡਣੇ ਆ ਪਿੰਦਾ ਜੀ ਆਖਦੇ ਨੇ ਸਾਡੇ ਸਤਿਕਾਰਯੋਗ ਦੋ ਜਿਹੜੇ ਟੀਵੀ ਦਿੱਤੇ ਜਾਣਗੇ ਹਾਂਜੀ ਧੰਨਵਾਦ ਜੀ ਮੇਲਾ ਪ੍ਰਬੰਧਕ ਕਮੇਟੀ ਵੀਰ ਬਾਬਾ ਜਲਾਲ ਸ਼ਾਹ ਬਹੁਤ ਹੀ ਧੰਨਵਾਦ ਪ੍ਰਧਾਨ ਸਾਹਿਬ ਸਰਬਜੀਤ ਸਿੰਘ ਗਿੱਲ ਬਲਦੇਵ ਸਿੰਘ ਜੀ ਸਾਬਕਾ ਮੈਂਬਰ ਪੰਚਾਇਤ ਅਮਰਜੀਤ ਸਿੰਘ ਭਾਈ ਜਸਵਿੰਦਰ ਸਿੰਘ ਕੁਲਦੀਪ ਸਿੰਘ ਰੈਂਪੂ ਤੇ ਬਾਈ ਗੁਰਚਰਨ ਜਿੰਨੇ ਵੀ ਮੈਂਬਰ ਸਾਹਿਬਾਨ ਪ੍ਰਧਾਨ ਸਾਹਿਬ ਬਹੁਤ ਦਾ ਸਵਾਗਤ ਧੰਨਵਾਦ ਜੀ ਵਿਸ਼ੇਸ਼ ਧੰਨਵਾਦ ਬਾਈ ਰੂਪਾ ਸਰਾ ਕੈਨੇਡੀਅਨ ਸੰਧੂ ਜੀ ਹਾਂਜੀ ਆਜੋ ਜੀ ਬੂਟਾ ਜੀ ਆਜੋ ਟੋਨੀ ਆਸਟ੍ਰੇਲੀਆ ਜੀ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਪੁੱਜ ਜਾਣ ਟੋਨੀ ਆਸਟ੍ਰੇਲੀਆ ਜੀ ਸਾਡੀ ਜ਼ਿੰਦਗੀ ਦੇ ਬਹੁਤ ਸਤਿਕਾਰਯੋਗ ਮਿੱਤਰ ਹੈ ਇੰਡੀਆ ਦੀ ਜਿਹੜੀ ਜੰਗ ਜਿਗਨੇਸ਼ਨ ਹੈ ਉਹ ਸਾਰੀ ਆਸਟ੍ਰੇਲੀਆ ਰਹਿੰਦੀ ਹੈ ਨੀਲ ਕੈਪ ਮੇਰਾ ਵੀਰ ਦਾ ਚੱਕ ਕੇ ਲੈ ਗਿਆ ਕੋਈ ਗਿੰਦਰੀ ਆ ਮੇਰਾ ਵੀਰ ਸ਼ਕੂਰ ਪਿੰਡ ਵਾਲਾ ਕੌਡੀ ਵਾਲਾ ਵੀਰ ਕੋਈ ਭੁਲੇਖੇ ਨਾਲ ਲੈ ਗਿਆ ਕਿਰਪਾ ਕਰਕੇ ਹੋਰ ਤਾਂ ਕਿਸੇ ਦੇ ਕੰਮ ਹੀ ਨਹੀਂ ਆਉਣਾ ਬਜ਼ੁਰਗਾਂ ਦੇ ਗੋਡੇ ਦੇ ਹੁੰਦੇ ਉਹ ਗਰਾਊਂਡ 'ਚ ਨਹੀਂ ਆ ਸਕਦੇ
ਤੇ ਕਿਰਪਾ ਕਰਕੇ ਮੈਚ ਸ਼ੁਰੂ ਕਰਾ ਦਿਓ ਜੀ ਜਿਹੜਾ ਵੀਰ ਲੈ ਕੇ ਗਿਆ ਉਹ ਵਾਪਸ ਕਰ ਦਿਓ ਜੀ ਸ਼ੂਸ਼ਕ ਤੇ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਕੋਟ ਸੁਗੀਏ ਦਾ ਇੱਕ ਜ਼ਿਲ੍ਹਾ ਫਰੀਦਕੋਟ ਦੀ ਟੀਮ ਹੈ ਇੱਕ ਜਿਹੜੀ ਟੀਮ ਹੈ ਸਾਡੇ ਅੰਗਰੇਜ਼ ਸਿੰਘ ਜੀ ਕਲੇਰ ਸਾਹਿਬ ਵਾੜਾ ਚੰਦ ਸਿੰਘ ਵਾਲੇ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਨੇ ਅਸੀਂ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਲਓ ਪ੍ਰੀਤ ਜੀ ਕੋਟ ਸੁਗੀਏ ਦੀ ਟੀਮ ਪੁੱਜ ਗਈ ਹੈ ਮਾਛੀ ਬੁਗਰੇ ਵਾਲੀ ਸਾਈਡ ਤੇ ਸ਼ੂਸ਼ਕ ਦੀ ਜਿਹੜੀ ਟੀਮ ਹੈ ਜਿੱਧਰਲੇ ਬੰਨੇ ਬਾਬਾ ਗਾਂਧੀ ਜੀ ਹੁਣੇ ਹੁਣੇ ਆਏ ਹੈ ਕਬੱਡੀ ਦੇ ਮਹਾਨ ਖਿਡਾਰੀ ਉਸ ਬੰਨੇ ਟੀਮ ਹੈ ਜਿਹੜੀ ਉਹ ਬਿਲਕੁਲ ਸ਼ੂਸ਼ਕ ਪਿੰਡ ਦੀ ਹੈ ਪਹਿਲੀ ਜਿਹੜੀ ਕਬੱਡੀ ਤੱਕੀ ਹੈ ਜਿਸ ਪਿੰਡ ਦਾ ਮੇਜਰ ਭਲੂਰ ਕਹਿੰਦੇ ਵੀ ਕਬੱਡੀ ਚ ਗੱਲਾਂ ਵੱਡੀਆਂ ਕਰਦਾ ਹੈ ਦਿੰਦਾ ਏ ਬੁਲਟ ਨਾਲੇ ਦਿੰਦਾ ਗੱਡੀਆਂ ਕਿ ਸਿੱਧਵਾਂ ਦਾ ਮੁੰਡਾ ਗੱਲਾਂ ਕਰਦਾ ਏ ਵੱਡੀਆਂ ਵੱਡੀਆਂ ਗੱਲਾਂ ਕਰਵਾ ਗਿਆ ਕਬੱਡੀ ਜੰਗ ਵਿੱਚ ਉਸ ਪਿੰਡ ਵਾਲਾ ਕਬਰੂ ਕਬੱਡੀ ਪਾਉਂਦਾ ਹੋਇਆ ਮਨੀ ਭਲੂਰ ਦੀ ਧਰਤੀ ਦਾ ਕੋਟ ਸੁਗੀਆ ਬਿਲਕੁਲ ਲਾਗੇ ਪਿੰਡ ਹੈ ਮੋਗੇ ਦੀ ਹੱਦ ਜਿਹੜੀ ਖਤਮ ਹੁੰਦੀ ਹੈ ਫਰੀਦਕੋਟ ਦੀ ਸ਼ੁਰੂ ਹੋ ਜਾਂਦੀ ਹੈ ਉਧਰਲੇ ਬੰਨੇ ਪਹਿਲੀ ਕਬੱਡੀ ਖੇਡਦਾ ਕਬੱਡੀ ਹੈ ਜੇ ਪਹਿਲੀ ਰੇਡ ਪਾਈ ਹੋਵੇ ਲੱਗਦਾ ਵੀ ਜਫਾ ਦੇ ਖਤਾੜੀ ਦਰਸ਼ਕਾਂ ਵਜਾਈ ਹੋਵੇ ਇੱਕ ਜ਼ੋਰ ਦੇ ਨਾਲ ਪਹਿਲਾਂ ਡੇਢ ਅੰਕ ਲੈ ਕੇ ਜਦੋਂ ਆਣ ਹੰਦਿਆਂ ਵਿੱਚ ਖੜਦਾ ਕਿ ਫੇਰ ਦਿਲ ਗੱਭਰੂ ਦਾ ਉੜਜੂ ਕਰਦਾ ਫੇਰ ਦਿਲ ਗੱਭਰੂ ਦਾ ਇੱਕ ਬੰਨੇ ਕੌਣ ਹੈ ਨੌਜਵਾਨ ਖੜਾ ਖੇਡ ਮੈਦਾਨ ਵਿੱਚ ਪਹਿਲੀ ਕਬੱਡੀ ਉੱਪਰ ਬਾਜ ਵਾਲੀ ਝਾਟ ਮਾਰੀ ਹੈ ਬੱਗੀ ਘੋੜੀ ਵੇ ਵਕੀਲਾ ਤੈਨੂੰ ਜੇ ਪਹਿਲੀ ਪੇਸ਼ੀ ਯਾਰ ਛੁੱਟ ਜੇ ਬੱਗੀ ਘੋੜੀ ਵੇ ਵਕੀਲਾ ਤੈਨੂੰ ਉਧਰਲੇ ਬੰਨੇ ਪਹਿਲੀ ਕਬੱਡੀ ਤੇ ਜਫਾ ਖਾ ਬੈਠਾ ਮੰਡੋ ਆ ਗੱਭਰੂ ਕਹਿੰਦੇ ਵੀ ਮਾਝੇ ਦੀ ਧਰਤੀ ਦਾ ਜ਼ਿਲ੍ਹੇ ਤਰਨ ਤਾਰਨ ਤੋਂ ਆਇਆ ਗੱਭਰੂ ਕਹਿੰਦੇ ਵੀ ਖੇਡ ਮੈਦਾਨ ਵਿੱਚ ਤੱਕਾਂਗੇ ਵੀ ਇਹ ਗੱਭਰੂ ਨੌਜਵਾਨ ਸੂਬੇਦਾਰ ਸਰਦਾਰ ਜਸਵੀਰ ਸਿੰਘ ਜੀ ਬਹੁਤ ਵੱਡੇ ਆਦਰ ਸਤਿਕਾਰ ਭੇਜਦੇ ਨੇ ਬੋਲਾਂ ਤੋਂ ਖੁਸ਼ ਹੋ ਕੇ ਆਪਾਂ ਧੰਨਵਾਦ ਕਰਦੇ ਹਾਂ ਆ ਮੁੰਡਾ ਮਾਝੇ ਦੀ ਧਰਤੀ ਦਾ ਸ਼ਹੀਦਾਂ ਦੀ ਧਰਤੀ ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਅਵਤਾਰਾਂ ਦੀ ਧਰਤੀ ਹੈ ਸਫੀ ਕਹਿੰਦੇ ਹੈ ਘੜ ਕੇ ਪਿੰਡ ਵਾਲਾ ਕਿ ਸੁਪਨਿਆਂ ਤੂੰ ਸੁਲਤਾਨ ਹੈ ਕਿ ਉੱਤਮ ਤੇਰੀ ਯਾਦ ਕਈ ਵਰਸ਼ਾਂ ਦੇ ਵਿਛੜੇ ਤੂੰ ਆਣ ਵਾਲਾਵੇਂ ਰਾਤ ਪੰਜ ਵੀਰ ਕੌਡੀ ਖੇਡਦੇ ਨੇ ਘੜਕਾ ਪਿੰਡ ਬੜਾ ਮਸ਼ਹੂਰ ਪਿੰਡ ਹੈ ਚੋਲਾ ਸਾਹਿਬ ਦੀ ਕਹਿੰਦੇ ਵੀ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਆਉਂਦਾ ਜਿੱਥੋਂ ਦਾ ਸੁਖਮਣ ਕਬੱਡੀ ਦਾ ਹੁਣ ਹੀਰਾ ਖਿਡਾਰੀ ਬਣ ਗਿਆ ਲਓ ਦੇਖਦੇ ਵੀ ਖੇਡ ਮੈਦਾਨ ਵਿੱਚ ਇੱਕ ਬੰਨੇ ਭਾਲੀ ਹੈ ਤੇ ਦੂਸਰੇ ਬੰਨੇ ਜਗਦੀਪ ਬਰਾੜ ਜੀ ਫੈਸਲਾ ਕਰਨਗੇ ਵੀ ਪੁਆਇੰਟ ਜੁੜਿਆ ਨੌਜਵਾਨ ਗੱਭਰੂ ਯਾਫੀ ਦੇ ਹਿੱਸੇ ਚੱਲ ਵੀ ਨੌਜਵਾਨਾਂ ਨਾਮ ਗੁਰਜੀਤ ਪਿੰਡ ਤੂਤ ਜੱਟ ਦਾ ਕਿ ਹੱਥ ਲਾ ਕੇ ਜਾਫੀ ਨੂੰ ਆਉਂਦਾ ਧੂੜਾ ਪੜਦਾ ਇਹ ਪੰਜ ਗੁਰਜੀਤ ਕੌਡੀ ਦੇ ਮਸ਼ਹੂਰ ਖਿਡਾਰੀ ਨੇ ਇੱਕ ਆ ਗੁਰਜੀਤ ਹੈ ਇੱਕ ਤੂਤਾਂ ਵਾਲਾ ਇੱਕ ਸ਼੍ਰੀ ਮਾਲੇ ਦੀ ਧਰਤੀ ਦਾ ਇੱਕ ਗੁਰਜੀਤ ਕਹਿੰਦੇ ਵੀ ਨੌਜਵਾਨ ਖੇਡ ਮੈਦਾਨ ਵਿੱਚ ਬਹੁਤ ਤਕੜਾ ਮਾੜੀ ਪਿੰਡ ਦਾ ਜਾਫੀ ਹੈ ਔਰ ਮੈਂ ਦੇਖਾਂਗਾ ਇਹ ਗੁਰਜੀਤ ਸਲੀਣੇ ਪਿੰਡ ਦੀ ਧਰਤੀ ਦਾ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਕਹਿੰਦੇ ਵੀ ਦਰਮਿਆਨਾ ਕੱਦ ਹੈ ਫੁਰਤੀ ਬਹੁਤ ਹੈ ਉਧਰਲੇ ਬੰਨੇ ਦੇਖਾਂਗੇ ਇੱਕ ਬੰਨੇ ਬਾਬਾ ਗਾਂਧੀ ਹੈ ਕਬੱਡੀ ਦਾ ਬਾਬਾ ਕਿਹਾ ਜਾਂਦਾ ਭਾਵੇਂ ਬਾਬਾ ਹਰਪ੍ਰੀਤ ਕਮਾਲੂ ਜੀ ਤੇ ਭਾਵੇਂ ਇਧਰਲੇ ਬੰਨੇ ਬਾਬਾ ਗਾਂਧੀ ਜਿਸ ਪਿੰਡ ਦੇ ਕੇਸਰ ਨੇ ਜਿਸ ਪਿੰਡ ਦੇ ਸ਼ਕਤੀਮਾਨ ਨੇ ਕਬੱਡੀ ਵਿੱਚ ਧੁੰਮਾਂ ਪਾਈਆਂ ਹੈ ਔਰ ਕਬੱਡੀ ਦੀਆਂ ਬਰੀਕੀਆਂ ਸਿਖਾਉਣ ਵਾਲੇ ਉਧਰਲੇ ਬੰਨੇ ਭਾਈ ਲਹਿਣਾ ਜੀ ਕਬੱਡੀ ਕਲੱਬ ਦੇ ਕੋਚ ਨੇ ਜਿਹੜੀ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਅਧੀਨ ਅਕੈਡਮੀ ਖੇਡਦੀ ਹੈ ਉਹਨਾਂ ਦੇ ਕੋਚ ਬਣ ਚੁੱਕੇ ਨੇ ਔਰ ਖੇਡ ਮੈਦਾਨ ਵਿੱਚ ਕਬੱਡੀ ਹਲਕਾ ਜਿਹਾ ਟੱਚ ਲੱਗਾ ਚੱਲ ਵੀ ਨੌਜਵਾਨਾਂ ਭਲੂਰ ਪਿੰਡ ਦਾ ਮਨੀ ਐਸਵੇ ਕਬੱਡੀ ਪਾਉਣ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਬੈਠ ਜਾਫੀ ਨੂੰ 21-21 ਸੌ ਰੁਪਇਆ ਦਿੱਤਾ ਜਾਣਾ ਹੈ ਨਾਲ ਸਾਡੇ ਸਤਿਕਾਰਯੋਗ ਨੇ ਜਿਵੇਂ ਟੋਨੀ ਆਸਟ੍ਰੇਲੀਆ ਜੀ ਔਰ ਅਸੀਂ ਧੰਨਵਾਦ ਕਰਾਂਗੇ 1 ਲੱਖ ਰੁਪਏ ਦਾ ਯੋਗਦਾਨ ਇਸ ਕਬੱਡੀ ਦੇ ਮਹਾਕੁੰਭ ਲਈ ਹੈ ਕਬੱਡੀ ਮਨੀ ਦੀ ਹੈ ਖੇਡ ਮੈਦਾਨ ਵਿੱਚ ਲਿਸ਼ਕ ਦੇ ਪਿੰਡੇ ਪੈਣ ਪੱਟਾਂ ਵਿੱਚ ਘੁੱਗੀਆਂ ਕਿਸਾਨਾਂ ਵਾਲੇ ਭੇੜਾਂ ਵਿੱਚ ਤਾਕਤਾਂ ਨੇ ਗੁੱਝੀਆਂ ਤਾਕਤਾਂ ਨੇ ਨੌਜਵਾਨਾਂ ਦੇ ਸਰੀਰਾਂ ਦੇ ਵਿੱਚ ਤੱਕ ਭੁੱਖ ਲੈਂਦੀ ਹੈ ਜੁੱਸਿਆਂ ਨੂੰ ਚੱਲ ਵੀ ਨੌਜਵਾਨਾਂ ਸਿੱਖੇ ਨੇ ਧੁੰਮਾਂ ਪਾਈਆਂ ਕਬੱਡੀ ਜੰਗ ਵਿੱਚ ਕੈਨੇਡਾ ਦੀ ਧਰਤੀ ਤੇ ਖੇਡ ਭਾਵੇਂ ਗੱਲ ਮਰੂੜ ਦੇ ਗੋਰੇ ਦੀ ਤੇ ਭਾਵੇਂ ਗੱਲ ਪੜਾਣੇ ਦੇ ਗੋਰੇ ਦੀ ਤੇ ਭਾਵੇਂ ਜਗਮੀਤ ਹੋਰਾਂ ਦੀ ਤੁਹਾਡੀ ਆਲੇ ਦਰਜੀ ਦੀ ਖੇਡੀ ਹੈ ਨਿੰਮਾ ਨੌਜਵਾਨ ਗੱਭਰੂ ਹੈ ਘੁੱਟ ਕਾਲਜ ਨਾਲ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਖੇਡ ਮੈਦਾਨ ਵਿੱਚ ਮੁੰਡਾ ਬਰਾੜਾ ਦਾ ਕਹਿੰਦੇ ਵੀ ਫੈਸਲਾ ਕਰ ਗਿਆ ਵੀ ਪੁਆਇੰਟ ਕੋਟ ਸੁਗੇ ਦਾ ਜਿਸ ਪਿੰਡ ਦਾ ਨੈਬ ਸਿੰਘ ਬੜਾ ਮਸ਼ਹੂਰ ਖਿਡਾਰੀ ਹੋਇਆ ਹੈ ਮਾਝੇ ਦੀ ਧਰਤੀ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਕੇ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਇੱਕ ਬੰਨੇ ਕਹਿੰਦੇ ਵੀ ਧਰਤੀ ਸੰਤਾਂ ਮਹਾਂਪੁਰਸ਼ਾਂ ਦੀ ਹੈ ਉਧਰਲੇ ਬੰਨੇ
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਚੋਲਾ ਸਾਹਿਬ ਉਸ ਏਰੀਏ ਦਾ ਖਿਡਾਰੀ ਹੈ ਲੋਕ ਬੋਲੀਆਂ ਵਿੱਚ ਲੋਕ ਕਹਿੰਦੇ ਹੈ ਹਰਬੇ ਬਾਬਲਾ ਹਰਬੇ ਮੇਰਾ ਮਾਝੇ ਸਾਕ ਨਾ ਕਰਵੇ ਉੱਥੋਂ ਦੇ ਜੱਟ ਬੁਰੇ ਸੁਣੀਦੇ ਊਠਾਂ ਨੂੰ ਪਾਉਂਦੇ ਖਲਵੇ ਅੱਧੀ ਰਾਤ ਨੂੰ ਊਠਲ ਦਿੰਦੇ ਮੈਨੂੰ ਕੱਲੀ ਨੂੰ ਆਉਂਦਾ ਡਰਵੇ ਥੋੜਾ ਤਮਲਾ ਟੋਲਾ ਮੈਨੂੰ ਕਮਲੀ ਦੇਊਗਾ ਕਰਵੇ ਮੇਰਾ ਉੱਡੇ ਡੋਰੀਆ ਮਹਿਲਾਂ ਵਾਲੇ ਕਰਵੇ ਜਿੱਥੇ ਕੌਡੀ ਢੇਰੀ ਵਾਲੀ ਖੇਡੀ ਜਾਂਦੀ ਹੈ ਜਿਹਦਾ ਕੋਈ ਸਮਾਂ ਨਹੀਂ ਤੇ ਕੌਡੀ ਦੇ ਖਿਡਾਰੀ ਖੇਡ ਖੇਡ ਤਕੜੇ ਹੋ ਜਾਂਦੇ ਹੈ ਅੱਜ ਤੂੰ ਦੀ ਬੋਲੀ ਤੂੰ ਤਾਂ ਵਾਲੇ ਗੁਰਜੀਤ ਦੀ ਪੜਾਣੇ ਵਾਲੇ ਬੱਬੂ ਦੀ ਤੇ ਕਲਵੰਤ ਪੜਾਣੇ ਵਾਲਾ ਜਾਣਦਾ ਹੈ ਵੀ ਢੇਰੀ ਵਾਲੇ ਜਿਹੜੇ ਮੈਚ ਹੈ ਬਹੁਤ ਤਕੜੇ ਖੇਡੇ ਨਾਲ ਖਿਡਾਰੀਆਂ ਨੇ ਉਧਰਲੇ ਬੰਨੇ ਭਾਵੇਂ ਜੋਗੇ ਵਾਲੀ ਆ ਗਗਨ ਹੁਣ ਕੌਡੀ ਦਾ ਹਰਜੀਤ ਬਣ ਗਿਆ ਤੇ ਨੌਜਵਾਨ ਨੇ ਕੌਡੀ ਜਿਹੜੀ ਖੇਡੀ ਆ ਪਹਿਲਾਂ ਖੇਡ ਤਕੜਾ ਹੋਇਆ ਮਾਝੇ ਦੀ ਧਰਤੀ ਤੋਂ ਅਗਲੀ ਜਿਹੜੀ ਕਬੱਡੀ ਤੱਕੀਏ ਗੁਰਜੀਤ ਦੀ ਔਰ ਸਾਹਮਣੇ ਦੇਖਦੇ ਆ ਮੰਦਾ ਮਿੱਠਾ ਪੁਰੀਆ ਯਾਰੋ ਰੇਡਰ ਚੋਟੀ ਦਾ ਕਿ ਤੂਤਾਂ ਦਾ ਗੁਰਜੀਤ ਵੀ ਯਾਰੋ ਨਹੀਂ ਕਿਸੇ ਤੋਂ ਰੁਕੀ ਦਾ ਖੇਡ ਮੈਦਾਨ ਦੇ ਵਿੱਚ ਦੇਖਦੇ ਆ ਚੂੜ ਚੱਕੀ ਆ ਪੱਪੂ ਮੂਹਰੇ ਹੋ ਹੋ ਘੇਰਦਾ ਤੇ ਡਾਲ ਹੱਥ ਨਹੀਂ ਆਉਂਦਾ ਗੱਬਰ ਵਰਗੇ ਸ਼ੇਰ ਦਾ ਕਬੱਡੀ ਖੇਡ ਮੈਦਾਨ ਦੇ ਵਿੱਚ ਸਲੀਣਾ ਪਿੰਡ ਹੈ ਸੰਤਾਂ ਮਹਾਂਪੁਰਸ਼ਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਗੁਰਜੀਤ ਜਿਹੜਾ ਨਾਮ ਹੈ ਕਬੱਡੀ ਜਗ ਦਾ ਬੜਾ ਆਦਰ ਤੇ ਸਤਿਕਾਰ ਵਾਲਾ ਨਾਂ ਹੈ ਭਾਵੇਂ ਕਾਲਾ ਤੇ ਭਾਵੇਂ ਲੱਖਾਂ ਤੇ ਭਾਵੇਂ ਸ਼ੀਰਾ ਇਹ ਜਿਹੜੇ ਨਾਮ ਨੂੰ ਬੜੀ ਪ੍ਰਸਿੱਧੀ ਮਿਲੀ ਹੈ ਕਬੱਡੀ ਜਗ ਵਿੱਚ ਪੰਜ ਕੌਡੀ ਦੇ ਲੱਖੇ ਮਸ਼ਹੂਰ ਹੋਏ ਨੇ ਪੰਜ ਜਿਹੜੇ ਸ਼ੀਰੇ ਮਸ਼ਹੂਰ ਹੋਏ ਨੇ ਤੇ ਪੰਜ ਜਿਹੜੇ ਕਹਿੰਦੇ ਵੀ ਨੌਜਵਾਨ ਗੱਭਰੂ ਗੁਰਜੀਤ ਮਸ਼ਹੂਰ ਹੋਏ ਨੇ ਤੇ ਪੰਜ ਜਿਹੜੇ ਕਾਲੇ ਨਾਮ ਦੇ ਖਿਡਾਰੀ ਕਬੱਡੀ ਜੰਗ ਵਿੱਚ ਮਸ਼ਹੂਰ ਹੋਏ ਨੇ ਕਬੱਡੀ ਓਪਨ ਦੀਆਂ ਜਿਹੜੀਆਂ ਟੀਮਾਂ ਜਲਦੀ ਨਾਲ ਮੈਂ ਬੇਨਤੀ ਕਰਾਂਗਾ ਇਸ ਮੈਚ ਤੋਂ ਬਾਅਦ ਅਸੀਂ ਟਾਈਆਂ ਕੱਢ ਦੇਣੀਆਂ ਹੈ ਔਰ ਟੀਮਾਂ ਜਿਹੜੀਆਂ ਐਂਟਰ ਹੋ ਰਹਿੰਦੀਆਂ ਉਹ ਜਲਦੀ ਨਾਲ ਐਂਟਰ ਹੋ ਜਾਣ ਨਾਲ ਹੀ ਕਬੱਡੀ ਓਪਨ ਦੇ ਜਿਹੜੇ ਬੈਸਟ ਰੇਟਰ ਬੈਟਰੀ ਆਫੀ ਨੂੰ ਕਲਰ ਟੀਵੀ ਦਿੱਤੇ ਜਾਣੇ ਹੈ ਉਹ ਸਵਰਗੀ ਸਰਦਾਰ ਇਕਬਾਲ ਸਿੰਘ ਜੀ ਸਰਪੰਚ ਉਹਨਾਂ ਦੀ ਯਾਦ ਵਿੱਚ ਹਰਮਨਦੀਪ ਸਰਾਂ ਜੀ ਉਹਨਾਂ ਵੱਲੋਂ ਦਿੱਤੇ ਜਾਣੇ ਹੈ ਨਾਲ ਹੀ 2100 ਰੁਪਏ ਦੇ ਯੋਗਦਾ ਹੈ ਬੈਸਟ ਰੇਟ ਬੈਟਰੀ ਆਫੀ ਨੂੰ ਦਿੱਤੇ ਜਾਣਗੇ ਮਾਣ ਸਨਮਾਨ ਚੱਲ ਵੀ ਨਾ ਜਾਂਦਾ ਪਾ ਕਬੱਡੀ ਪਰਮਾਤਮਾ ਦੀ ਮਿਹਰ ਹੋਈ ਚਿੱਟੀਆਂ ਕੱਪਾਂ ਦੀਆਂ ਫੋਟੀਆਂ ਵਰਗੀ ਧੁੱਪ ਦਾ ਆਪਾਂ ਨਜ਼ਾਰਾ ਲੈਂਦੇ ਹੈ 19 ਤੇ 20 ਜਿਹੜੀ ਤਰੀਕ ਹੈ ਉਹ ਮਾਛੀ ਬੁਗਰੇ ਦੇ ਕਬੱਡੀ ਕੱਪ ਦੀ ਹੈ ਜਿੱਥੇ 61 ਬੈਟ ਰੇਟ ਬੈਟਰੀ ਆਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਇਹ ਸਾਡੇ ਵੀਰਾਂ ਨੇ ਡੇਟਾ ਜਿਹੜੀਆਂ ਉਹ ਲੀਕ ਦਿੱਤੀਆਂ ਹੈ 19 ਤੇ 20 ਜਿਹੜੀ ਮਾਰਚ ਹੈ ਉਹ ਮਾਛੀ ਬੁਗਰੇ ਦੇ ਵੱਡੇ ਕਬੱਡੀ ਕੱਪ ਦੀ ਹੈ ਜਿੱਥੇ ਪੰਜਾਬ ਭਰ ਦੇ ਖਿਡਾਰੀ ਆਏ ਸਾਲ ਤੁਸੀਂ ਦੇਖਦੇ ਹੋ ਘੜ ਕੇ ਪਿੰਡ ਦਾ ਸਫੀ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਵਿੱਚ ਮੁੰਡੇ ਦਾ ਵਜਨ ਕਹਿ ਲਈਏ ਪ੍ਰੀਤ ਜੀ ਸਾਰਾ 68 ਕਿਲੋ ਹੈ ਮਾਝੇ ਦੀ ਧਰਤੀ ਤੇ ਢੇਰੀ ਵਾਲੇ ਮੈਚ ਵੀ ਖੇਡਦਾ ਹੈ ਓਪਨ ਦੇ ਮੈਚ ਵੀ ਖੇਡਦਾ ਹੈ ਆਲ ਓਪਨ ਕਬੱਡੀ ਵੀ ਜਿਹੜੀ ਖੇਡਦਾ ਹੈ ਬੜੀ ਫੁਰਤੀ ਹੈ ਨੌਜਵਾਨ ਗੱਭਰੂ ਦੇ ਵਿੱਚ ਹੈਲੋ 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 ਹੈਲੋ
ਹਾਂਜੀ ਇੱਕ ਬੇਨਤੀ ਹੈ ਕ੍ਰਿਕਟ ਕਲੱਬ ਨੂੰ ਕਿ ਜਿਹੜੀਆਂ ਕੁਰਸੀਆਂ ਪਿੰਡ ਲੈ ਗਏ ਆ ਪਲੀਜ਼ ਉਹ ਕੁਰਸੀਆਂ ਵਾਲੀ ਟਰਾਲੀ ਇੱਥੇ ਪਹੁੰਚਦੀ ਕਰੋ ਕ੍ਰਿਕਟ ਕਲੱਬ ਜਿਹੜੀਆਂ ਕੁਰਸੀਆਂ ਪਿੰਡ ਲੈ ਗਏ ਆ ਪਲੀਜ਼ ਇੱਥੇ ਕੁਰਸੀਆਂ ਪਹੁੰਚਦੀਆਂ ਕਰੋ ਜੀ ਹਾਂਜੀ ਬਾਈ ਬੂਟਾ ਜੀ ਆ ਜਾਓ ਬਹੁਤ ਮਿਹਰਬਾਨੀ ਹੈ ਕਬੱਡੀ ਓਪਨ ਦੀਆਂ ਅਸੀਂ ਟਾਈਆਂ ਜਿਹੜੀਆਂ ਵਿਰਾਟ ਸਾਹਿਬ ਕੱਢ ਦਿੱਤੀਆਂ ਪਹਿਲਾ ਮੁਕਾਬਲਾ ਹੋਣਾ ਹੈ ਪਹਿਲੂ ਵਾਲਾ ਤੇ ਇੱਟਾਂ ਵਾਲੀ ਦੀ ਦੋਵੇਂ ਟੀਮਾਂ ਗਰਾਊਂਡ ਦੇ ਵੱਲ ਤਿਆਰੀ ਫੜ ਕੇ ਪੁੱਜ ਜਾਣ ਮਾਲਾ ਖੁਰਦ ਤੇ ਬਾਬਾ ਸੈਦੂ ਸ਼ਾਹ ਜੀ ਕਬੱਡੀ ਕਲੱਬ ਕੰਮਿਆਣਾ ਕਰਮੇਤੀ ਵਾਲਾ ਤੇ ਬੇਨਤੀ ਹੈ ਬਾਬਾ ਗੋਕੁਲਦਾਸ ਕਬੱਡੀ ਕਲੱਬ ਰੋੜੀਪੁਰਾ ਮੇਜਵਾਨ ਪਿੰਡ ਲੱਲੇ ਤੇ ਸਮਾਲਸਰ ਮਚਾਕੀ ਮਨ ਸਿੰਘ ਵਾਲਾ ਝੰਡਿਆਣਾ ਪੱਛਮੀ ਬਾਬਾ ਹੀਰਾਦਾਸ ਕਬੱਡੀ ਕਲੱਬ ਮਾਲਾ ਕਲਾਂ ਤੇ ਧਰਮਕੋਟ ਜੀ ਇਹ ਜਿਹੜੀਆਂ ਟੀਮਾਂ ਦੀਆਂ ਅਸੀਂ ਟਾਈਆਂ ਕੱਢ ਚੁੱਕੇ ਹਾਂ ਪਹਿਲੇ ਮੈਚ ਲਈ ਮੈਂ ਸੱਦਾ ਦੇਵਾਂਗਾ ਖੇਡ ਮੈਦਾਨ ਵਿੱਚ ਪਹਿਲੂ ਵਾਲਾ ਤੇ ਇੱਟਾਂ ਵਾਲੀ ਪਿੰਡ ਗਰਾਊਂਡ ਦੇ ਵੱਲ ਪੁੱਜਣ ਚੱਲ ਵੀ ਗੁਰਜੀਤ ਨਾਜਵਾਨਾ ਪਾ ਕਬੱਡੀ ਜਿਸ ਸਟਾਈਲ ਦੇ ਵਿੱਚ ਜਸਕਰਨ ਸਿੰਘ ਨੀਲਾ ਸੈਦੋ ਪਿੰਡ ਦਾ ਉਹ ਨੌਜਵਾਨ ਨੇ ਕਬੱਡੀ ਪਾਈ ਉਹੋ ਜਿਹਾ ਸਟਾਈਲ ਇਸ ਨੌਜਵਾਨ ਗੱਭਰੂ ਦੇ ਨੌਜਵਾਨ ਦੇ ਸਟਾਈਲ ਦੇਖਦੇ ਆ ਬਾਬਾ ਜੀ ਕਹਿੰਦੇ ਵੀ ਜਿਨ੍ਹਾਂ ਦੀ ਅੱਖ ਭਾਰਕੂ ਹੈ ਅੱਜ ਪਰਖ ਲੈਂਦੀ ਹੈ ਖਿਡਾਰੀਆਂ ਨੂੰ ਖੇਡ ਮੈਦਾਨ ਦੇ ਵਿੱਚ ਦੇਖਦੇ ਵੀ ਲਾਹ ਪਰੇ ਸੁੱਟ ਨੌਜਵਾਨ ਭੱਜਿਆ ਜਾਂਦਾ ਹੈ ਸਲੀਣੇ ਪਿੰਡ ਦਾ ਗੁਰਜੀਤ ਸਾਂਵਲੇ ਦੇ ਰੰਗ ਵਿੱਚ ਕੌਡੀ ਪਾਉਂਦਾ ਹੈ ਤੇ ਬੜਾ ਭਾਉਂਦਾ ਹੈ ਕਬੱਡੀ ਦੇ ਖਿਡਾਰੀ ਦਰਸ਼ਕ ਵੀਰਾਂ ਨੂੰ ਲਓ ਸਾਹਮਣੇ ਨੌਜਵਾਨ ਸ਼ੂਸ਼ਕ ਪਿੰਡ ਦੀ ਧਰਤੀ ਜਿਸ ਪਿੰਡ ਦੇ ਸੁੱਖੇ ਨੇ ਧੁੰਮਾਂ ਪਾਈਆਂ ਜਿਸ ਪਿੰਡ ਦਾ ਧੋਨੀ ਜਿਸ ਪਿੰਡ ਦਾ ਕੁਲਦੀਪ ਸਿੰਘ ਬਾਬਾ ਉਧਰਲੇ ਬੰਨੇ ਫਰੀਦੀ ਕਹਿੰਦੇ ਇਸ ਨੌਜਵਾਨ ਗੱਭਰੂ ਨੂੰ ਬੜਾ ਚੀੜਾ ਜਾਫੀ ਹੈ ਕਬੱਡੀ ਖੇਡ ਮੈਦਾਨ ਦੇ ਵਿੱਚ ਅੰਗ ਦੀ ਪਤਲੀ ਦਾ ਨਰਮ ਸੁਭਾਅ ਨਾ ਜਾਣੀ ਕਿ ਅੰਗ ਦੀ ਪਤਲੀ ਦਾ ਬਹੁਤ ਹੀ ਤਕੜਾ ਭਾਵੇਂ ਅੰਗਾਂ ਦਾ ਪਤਲਾ ਪਰ ਬੜਾ ਚੀੜਾ ਜਾਫੀ ਹੈ ਤੇ ਦੂਸਰੇ ਬੰਨੇ ਭਲੂਰ ਦੇ ਮਨੀ ਦੀ ਪਾਈ ਹੋਈ ਕਬੱਡੀ ਝੁੱਕ ਪਾਉਂਦਾ ਹੋਇਆ ਕਬੱਡੀ ਉਧਰਲੇ ਬੰਨੇ ਨੌਜਵਾਨ ਨਿਉਕੇ ਲੱਤੀ ਲੱਗਾ ਖੇਡ ਮੈਦਾਨ ਵਿੱਚ ਕਦੇ ਮਾਰੇ ਧੋਬੀ ਪਲਟਾ ਕਦੇ ਆਣ ਕੇ ਲੱਤਾਂ ਨੂੰ ਵੜਦਾ ਏ ਮੇਰ ਦੀਨਾ ਜੇ ਰੱਬ ਦੀ ਮਿਹਰ ਹੋ ਜੇ ਤੇ ਗੱਭਰੂ ਤਾਂ ਹੀ ਭਲਵਾਨ ਬਣਦਾ ਏ ਇਹ ਰੱਬ ਦੀ ਮਿਹਰ ਚਾਹੀਦੀ ਹੈ ਫੇਰ ਖਿਡਾਰੀ ਬਣਦਾ ਹੈ ਕਿ ਗਿੱਦੜੀ ਜਨਮ ਦਿੰਦੀ ਹੈ ਗਿੱਦੜਾਂ ਨੂੰ ਸ਼ੇਰ ਨਹੀਂ ਸਕਦੀ ਅਕਰ ਸ਼ੇਰ ਪੈਦਾ ਕਿ ਜਿਹੜੀ ਜ਼ਮੀਨ ਦੇ ਵਿੱਚ ਪੂਰੀ ਗਿੱਲ ਹੋਵੇ ਉਹਦੇ ਵਿੱਚ ਹੁੰਦੀ ਆ ਫਸਲ ਢੇਰ ਪੈਦਾ ਕਿ ਜਿਹੜੇ ਮਾਪਿਆਂ ਦੀ ਕੀਤੀ ਹੋਵੇ ਤਪੱਸਿਆ ਉਹਦੇ ਘਰ ਹੁੰਦਾ ਹੈ ਪੁੱਤ ਪਲੇਰ ਪੈਦਾ ਇਹ ਮਾਪਿਆਂ ਦੀ ਤਪੱਸਿਆ ਹੁੰਦੀ ਹੈ ਕਿ ਉਹਦਾ ਪੁੱਤ ਦੁਨੀਆਂ ਦਾ ਮਹਾਨ ਖਿਡਾਰੀ ਦੁਨੀਆਂ ਵਿੱਚ ਵੱਡਾ ਨਾਂ ਕਰ ਜਾਵੇ ਚੱਲ ਵੀ ਗੱਭਰੂ ਆਪਾਂ ਕਬੱਡੀ ਔਰ ਅਗਲੀ ਕਬੱਡੀ ਘੜ ਕੇ ਦੇ ਸਫੀ ਦੀ ਪੰਜ ਖਿਡਾਰੀ ਇੱਕੋ ਪਰਿਵਾਰ ਦੇ ਕੌਡੀ ਖੇਡਦੇ ਹੈ ਕਹਿੰਦੇ ਇੱਕ ਭਲਵਾਨ ਤੇ ਕਿਸਾਨ ਜਿਹੜਾ ਪਾਲਣਾ ਬਹੁਤ ਔਖਾ ਹੈ ਪਰ ਕਹਿੰਦੇ ਵੀ ਦਰਿਆ ਦੇ ਕੰਢੇ ਵਸਿਆ ਪਿੰਡ ਹੈ ਖੇਡ ਮੈਦਾਨ ਵਿੱਚ ਸੁਣ ਅਣਖੀਲੇ ਬਰਤਾਰ ਲੈ ਜਾ ਦਰਿਆ ਪਾਰ ਔਰ ਦਰਿਆ ਦੇ ਕੰਢੇ ਵਸਿਆ ਹੋਇਆ ਨੌਜਵਾਨ ਗੱਭਰੂ ਇੱਕ ਬੰਨੇ ਦੇਖਦੇ ਵੀ ਖੇਡ ਮੈਦਾਨ ਵਿੱਚ ਘੜ ਕੇ ਪਿੰਡ ਦਾ ਸਫੀ ਅੰਗਰੇਜ਼ ਅਲੀ ਨਾਲ ਕਹਿੰਦੇ ਵੀ ਗੂੜੀ ਰਿਸ਼ਤੇਦਾਰੀ ਹੈ ਮੁੰਡੇ ਦੀ ਜਿਹਨੇ ਗੀਤ ਗਾਇਆ ਸੀ ਕਿ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ ਇਹਦੇ ਵਿੱਚ ਹੀ ਵੱਜਦੀ ਲੋਕੋ ਜਾਨ ਪੰਜਾਬੀਆਂ ਦੀ ਕਿ ਵਿੱਚ ਮੈਦਾਨੇ ਭਿੜਨਾ ਹੁੰਦਾ ਕੰਮ ਦਲੇਰਾਂ ਦਾ ਕਿ ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ ਇੱਕ ਬੰਨੇ ਬਾਹਰ ਨੌਜਵਾਨਾਂ ਬਲਜੀਤ ਸਿਆਂ ਤਕੜਾ ਹੋ ਜਾ ਨੌਜਵਾਨਾਂ ਕਹਿਣ ਚੋਟੀ ਦਾ ਜਾਫੀ ਸੈਦੋ ਪਿੰਡ ਦੇ ਮੱਖਣ ਨੂੰ ਉਹ ਪਿੰਡ ਦਾ ਬਲਜੀਤ ਵੀ ਕੌਡੀ ਦਾ ਬੜਾ ਸੁਪਰ ਸਟਾਰ ਖਿਡਾਰੀ ਹੈ ਜਿਹੜਾ ਪੰਜਾਬ ਦੇ ਦੋ ਵਰਲਡ ਕਬੱਡੀ ਕੱਪ ਖੇਡਿਆ ਕੈਨੇਡਾ ਦੀ ਟੀਮ ਦੇ ਲਈ ਆਓ ਦੇਖਦੇ ਵੀ ਖੇਡ ਮੈਦਾਨ ਵਿੱਚ ਕਬੱਡੀ ਗੁਰਜੀਤ ਨੇ ਪਾ ਦਿੱਤੀ ਹੈ ਕਿ ਦੋਵੇਂ ਹੱਥ ਜੋੜ ਕੇ ਧਿਆਵਾਂ ਰੱਬ ਨੂੰ ਤੇ ਬਾਜ ਵਾਲੀ ਅੱਖ ਨਾਲ ਵੇਖਾਂ ਸਭ ਨੂੰ ਕਬੱਡੀ ਇੱਕ ਬੰਨੇ ਦੋ ਅੱਖਾਂ ਦੂਸਰੇ ਬੰਨੇ ਅੱਠ ਹੈ ਅੱਖੀਆਂ ਦੋ ਹੀ ਚੰਗੀਆਂ ਨੇ ਇਹਨਾਂ ਨੂੰ ਚਾਰ ਨਾ ਕਰ ਬਈ ਫਿਰ ਪਛਤਾਉਣਾ ਪੈ ਜਾਊਗਾ ਕਿਧਰੇ ਪਿਆਰ ਨਾ ਕਰ ਬਈ ਹਰ ਉਹਲੇ ਵੀਰੇ ਗੁਰੂ ਕਾ ਲੰਗਰ ਜਿਹੜਾ ਚੱਲ ਰਿਹਾ ਹੈ ਕਿਰਪਾ ਕਰਕੇ ਲੋੜ ਅਨੁਸਾਰ ਜਾ ਕੇ ਦਰਸ਼ਕ ਵੀ ਹੈਲੋ ਹੈਲੋ ਬੂਟੇ ਉੱਪਰ ਦੇ ਮੈਚ ਬੋਲੀ ਪਹਿਲੂ ਵਾਲਾ ਤੇ ਇੱਟਾਂ ਵਾਲੀ ਦੀ ਟੀਮ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਵੇ ਪਹਿਲੂ ਵਾਲਾ ਵਰਸ ਇੱਟਾਂ ਵਾਲੀ ਨਾਲ ਮੇਰੀ ਬੇਨਤੀ ਮਾਲਾ ਖੁਰਦ ਤੇ ਕੰਬਿਆਣਾ ਜੀ ਉਸ ਤੋਂ ਬਾਅਦ ਕਰਮੇਤੀ ਤੇ ਬਾਬਾ ਗੋਲਦਾਸ ਕਬੱਡੀ ਕਲੱਬ ਰੋੜੀਪੁਰਾ ਮੇਜਵਾਨ ਪਿੰਡ ਲੱਲੇ ਤੇ ਸਮਾਲਸਰ ਜੀ ਮਚਾਕੀ ਮਲ ਸਿੰਘ ਤੇ ਝੰਡਿਆਣਾ ਪੱਛਮੀ ਬਾਬਾ ਹੀਰਾਦਾਸ ਕਬੱਡੀ ਕਲੱਬ ਮਾਲਾ ਤੇ ਧਰਮਕੋਟ ਜੀ ਇਹ ਜਿਹੜੀਆਂ ਟੀਮਾਂ ਵਾਹ ਉਹ ਨੌਜਵਾਨਾਂ ਜਿਵੇਂ ਤਲਵੰਡੀ ਚਾਦਰੀਆਂ ਦਾ ਨਾਣਾ ਪੁੱਠੀ ਪਾਉਂਦਾ ਏ ਲਾ ਉਹੋ ਜਿਹੀ ਪੁੱਠੀ ਪਾਉਣ ਦੀ ਕੋਸ਼ਿਸ਼ ਕੀਤੀ ਹੋਈ ਆ ਗੱਭਰੂ ਦੀ ਪਰ ਉਹਦੇ ਬੰਨੇ ਭਲੂਰ ਪਿੰਡ ਦਾ ਖਿਡਾਰੀ ਮਨੀ ਕਹਿੰਦੇ ਵੀ ਖੇਡ ਮੈਦਾਨ ਵਿੱਚ ਖਿਡਾਰੀ ਬਾਈ ਬੋਟੇ ਤੀਜਾ ਮੈਚ ਗੁਰਦਿੱਤੀ ਵਾਲਾ ਕਰਮਿੱਤੀ ਨੇ ਠੀਕ ਆ ਜੀ ਬਹੁਤ ਮਿਹਰਬਾਨੀ
ਤਰਮੇਤੀ ਵਾਲਾ ਬਹੁਤ ਮਿਹਰਬਾਨੀ ਹੈ, ਧੰਨਵਾਦ ਹੈ, ਮਾਫੀ ਚਾਹਾਂਗੇ। ਔਰ ਖੇਡ ਮੈਦਾਨ ਦੇ ਵਿੱਚ ਪਹਿਲੇ ਮੁਕਾਬਲੇ ਦੀਆਂ ਦੋਵੇਂ ਟੀਮਾਂ ਹਾਲੇ ਤੱਕ ਗਰਾਊਂਡ ਦੇ ਵੱਲ ਨਹੀਂ ਪੁੱਜੀਆਂ, ਪਹਿਲੂ ਵਾਲਾ ਤੇ ਇੱਟਾਂ ਵਾਲੀ ਦੋਵੇਂ ਟੀਮਾਂ ਚੱਲਦੇ ਮੈਚ ਦੇ ਵਿੱਚ ਪੁੱਜ ਜਾਣੀਆਂ ਚਾਹੀਦੀਆਂ, ਨਹੀਂ ਅਸੀਂ ਦੋਵੇਂ ਟੀਮਾਂ ਹੀ ਕੱਟ ਦਿਆਂਗੇ। ਉਸ ਤੋਂ ਬਾਅਦ ਮਾਲਾ ਖੁਰਦ ਤੇ ਕਮਿਆਣਾ ਜੀ ਗੁਰਦਿੱਤੀ ਵਾਲਾ ਤੇ ਗੋਲ ਗਦਾਸ ਕਬੱਡੀ ਕਲੱਬ ਰੋੜੀ ਕਪੂਰਾ, ਨਾਲ ਮੈਂ ਬੇਨਤੀ ਕਰਾਂਗਾ ਮਚਾਕੀ ਮੱਲ ਸਿੰਘ ਤੇ ਝੰਡਿਆਣਾ ਪੱਛਮੀ। ਉਸ ਤੋਂ ਪਹਿਲਾਂ ਮੈਚ ਹੋਣਾ ਲੱਲੇ ਤੇ ਸਮਾਲ ਸਰ, ਬਾਬਾ ਹੀਰਾ ਦਾਸ ਕਬੱਡੀ ਕਲੱਬ ਮਾਲਾ ਕਲਾਂ ਤੇ ਧਰਮਕੋਟ ਜੀ। ਇਹ ਟੀਮਾਂ ਜਿਹੜੀਆਂ ਆਪੋ ਆਪਣੀਆਂ ਗੱਡੀਆਂ ਕੋਲੇ ਖਿੱਚ ਤਿਆਰੀਆਂ, ਗਰਾਊਂਡਾਂ ਦੇ ਵੱਲ ਤੁਸੀਂ ਪੁੱਜਣਾ ਹੈ। ਚੱਲ ਮੇਲੇ ਨੂੰ ਚੱਲੀਏ ਮਾਲਾ ਗੇਰ ਤੋਂ ਗੱਡੀ ਦਾ, ਵਿੱਚ ਲੱਲਿਆਂ ਦੇ ਮੇਲਾ ਲੱਗਿਆ ਮਾਂ ਖੇਡ ਕਬੱਡੀ ਦਾ। ਲਓ ਸਾਹਮਣੇ ਖੇਡ ਮੈਦਾਨ ਵਿੱਚ ਬਹੁਤ ਹੀ ਜਿਹੜੀ ਸੋਹਣੀ ਕੋਸ਼ਿਸ਼ ਕਰਦਾ ਗੱਭਰੂ, ਖੁੱਲਾ ਸਮਾਂ ਤੇ ਖੁੱਲੇ ਜਿਹੜੇ ਆਪਾਂ ਨਜ਼ਾਰੇ ਤੱਕਦੇ ਹਾਂ ਕਬੱਡੀ ਦੇ, ਇੱਟਾਂ ਵਾਲੀ ਤੇ ਪਹਿਲੂ ਵਾਲਾ ਜੀ। ਦੋਵੇਂ ਟੀਮਾਂ ਨੂੰ ਇੱਕ ਮਿੰਟ ਦਾ ਸਮਾਂ ਹੈ ਗਰਾਊਂਡ ਦੇ ਵਿੱਚ ਪੁੱਜਣ ਦੀ। ਪੰਜਾਬ ਲਾਈਵ ਨੰਬਰ 1 ਦੇ ਜ਼ਰੀਏ ਅੱਜ ਵੱਖ ਵੱਖ ਕੰਟਰੀਆਂ ਵਿੱਚ ਬੈਠੇ ਵੀਰ ਵੀ ਔਰ ਇਸ ਕਬੱਡੀ ਦਾ ਆਨੰਦ ਮਾਣਦੇ ਹੈ, ਸ਼ਾਬਾਸ਼ ਇਹ ਕਹਿੰਦੇ ਇਸ ਵੈਬਸਾਈਟ ਨੂੰ, ਭਾਵੇਂ ਗੱਲ 365 ਦੀ, ਭਾਵੇਂ ਗੱਲ malwa.com ਦੀ। ਤੇ ਅੱਜ ਜਿਹੜੇ ਤੁਸੀਂ ਨਜ਼ਾਰੇ ਤੱਕਦੇ ਹੋ ਇਹ ਸਾਡੇ ਬਹੁਤ ਸਤਿਕਾਰਯੋਗ ਵੀਰ ਹੈ। ਪੰਜਾਬ ਲਾਈਵ ਨੰਬਰ 1.com ਦੇ ਜ਼ਰੀਏ ਤੁਸੀਂ ਜੁੜੇ ਹੋ ਇਸ ਕਬੱਡੀ ਦੇ ਕੱਪ ਨਾਲ। ਅਸੀਂ ਉਹਨਾਂ ਸਾਰੇ ਪ੍ਰਵਾਸੀ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਜੋ ਇਸ ਕਬੱਡੀ ਦੇ ਨਜ਼ਾਰੇ ਲੈਂਦੇ ਨੇ। ਕੁਝ ਕੈਨੇਡਾ ਕੁਝ ਆਸਟ੍ਰੇਲੀਆ ਵਿੱਚੋਂ ਵੀ ਪੁੱਜੇ ਹੋਏ ਵੀਰ ਹੈ, ਉਧਰਲੇ ਬੰਨੇ ਮੈਂ ਦੇਖਦਾ ਵੀ ਐਕਸਪੋਰਟ ਦੇ ਵਿੱਚੋਂ ਪੁੱਜੇ ਹੈ ਸਰਦਾਰ ਜਗਰੂਪ ਸਿੰਘ ਹੋਰੀ, ਜਿਨ੍ਹਾਂ ਨੇ ਮਾਣ ਸਨਮਾਨ ਵੀ ਦੇਣੇ ਅੱਜ ਇਸ ਧਰਤੀ ਤੇ। ਕਬੱਡੀ ਖੇਡ ਮੈਦਾਨ ਵਿੱਚ ਇੱਕ ਬੰਨੇ ਬਲਜੀਤ ਹੈ ਤੇ ਦੂਸਰੇ ਬੰਨੇ ਨੌਜਵਾਨ, ਇੱਕ ਬੰਨੇ ਬਾਉਂਡਰੀ ਲੈਣ ਤੇ ਹੋਈ ਪਈ ਟੱਕਰ ਹੈ, ਵਾਹ ਉਹ ਨੌਜਵਾਨਾਂ। ਔਰ ਦੇਖਾਂਗੇ ਬਰਾੜ ਸਾਹਿਬ ਜੀ, ਤੀਲੀ ਲੌਂਗ ਦਾ ਮੁਕੱਦਮਾ ਭਾਰੀ ਵੀ ਥਾਣੇ ਦਾ ਫੈਸਲਾ ਯਾਰਾ ਸੋਚ ਕੇ ਕਰੀ, ਫੈਸਲਾ ਹੋ ਚੁੱਕਾ ਤੇ ਮੁਕਾਬਲਾ ਸਮਾਪਤੀ ਵੱਲ ਹੈ। ਕੌਣ ਜਿੱਤ ਗਿਆ ਜੀ ਇਸ ਮੈਚ ਦੀ ਜੇਤੂ ਟੀਮ ਹੈ ਕੋਰਸ ਹੋ ਗਿਆ। ਅਗਲੀ ਗੱਲ ਮਾਈਕ ਤੋਂ ਗੁਰਚਰਨ ਸੁਨੇਹ ਦੀ ਕਿਰਪਾ ਕਰਕੇ ਤੇ ਇੱਟਾਂ ਵਾਲੀ ਤੇ ਪਹਿਲੂ ਵਾਲਾ ਜੀ, ਗੁਰੂ ਘਰ ਲੰਗਰ ਚੱਲ ਰਿਹਾ ਮਰਿਆਦਾ ਅਨੁਸਾਰ ਤੁਸੀਂ ਛਕਣਾ ਹੈ। ਪਿੰਦਾ ਜੀ ਕਿੰਨੇ ਕਿੰਨੇ ਪੁਆਇੰਟ ਨੇ ਇਹਨਾਂ ਟੀਮਾਂ ਦੇ, ਕੋਰਸ ਹੋਈਏ ਦੇ ਪੁਆਇੰਟ ਨੇ 25.5 ਤੇ ਸ਼ੂਸ਼ਕ ਦੇ ਪੁਆਇੰਟ ਨੇ 10। ਆਓ ਜੀ ਦੋਵੇਂ ਟੀਮਾਂ, ਮੈਂ ਬੇਨਤੀ ਕਰਾਂਗਾ ਇੱਟਾਂ ਵਾਲੀ ਤੇ ਪਹਿਲੂ ਵਾਲਾ ਜੀ, ਦੋਵੇਂ ਟੀਮਾਂ ਜਿੱਥੇ ਮੇਰੀ ਆਵਾਜ਼ ਨੂੰ ਸੁਣਦੀਆਂ ਹੈ ਗਰਾਊਂਡ ਦੇ ਵਿੱਚ ਪੁੱਜਣ ਜੀ। ਬਾਬਾ ਜੀ 2 ਮਿੰਟ ਲਾ ਲਓ, ਹੁਣ ਜਿਹੜਾ ਗਰਾਊਂਡ ਅਸੀਂ ਓਪਨ ਦੇ ਖਿਡਾਰੀਆਂ ਨੂੰ ਦੇਵਾਂਗੇ, ਜਿਵੇਂ ਓਪਨ ਦੇ ਮੈਚਾਂ ਤੋਂ ਬਾਅਦ ਗਰਾਊਂਡ ਜਿਹੜਾ ਅਕੈਡਮੀਆਂ ਦੇ ਮੈਚਾਂ ਨੂੰ ਦੇ ਦਿੱਤਾ ਜਾਂਦਾ ਹੈ। ਅਗਲੀ ਗੱਲ ਮਾਈਕ ਤੋਂ ਗੁਰਚਰਨ ਸੁਨੇਹ ਜੀ, ਹਾਂਜੀ ਜਿਹੜਾ ਵੀ ਮੇਰਾ ਵੀਰ ਇੱਧਰ ਚਾਹ ਵਾਲੇ ਕੱਪ ਜਾਂ ਜੱਗ ਲੈ ਗਿਆ, ਖਿਡਾਰੀ ਵੀਰਾਂ ਨੂੰ ਬੇਨਤੀ ਹੈ ਭਾਈ ਇੱਧਰ ਕੱਪ ਜਾਂ ਜੱਗ ਇੱਧਰੋਂ ਨਾ ਲੈ ਕੇ ਜਾਓ, ਜਿਹੜਾ ਵੀ ਜੱਗ ਲੈ ਗਿਆ ਭਾਈ ਇੱਧਰ ਜੱਗ ਬਚਾਓ। ਮੰਦਰ ਮਿਰਜੇ ਕੇ ਵੀਰ ਆ ਜਾਵੇ, ਬਹੁਤ ਸਤਿਕਾਰਯੋਗ ਹੈ। ਔਰ ਇੱਟਾਂ ਵਾਲੀ ਤੇ ਪਹਿਲੂ ਵਾਲੇ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਪੁੱਜ ਜਾਣ ਜੀ ਜਲਦੀ ਨਾਲ। ਇੱਟਾਂ ਵਾਲੀ ਤੇ ਪਹਿਲੂ ਵਾਲੇ ਦੀ ਟੀਮ ਜਿੱਥੇ ਮੇਰੀ ਆਵਾਜ਼ ਨੂੰ ਸੁਣਦੀ ਹੈ ਜਲਦੀ ਨਾਲ ਗਰਾਊਂਡ ਦੇ ਵਿੱਚ ਪੁੱਜ ਜਾਵੇ। ਅਸੀਂ ਫਿਰ ਤੋਂ ਧੰਨਵਾਦ ਕਰਦੇ ਹਾਂ ਸਾਡੇ ਸਵਰਗੀ ਸਰਦਾਰ ਜਗਮੇਲ ਸਿੰਘ ਜੀ ਸਰਾਂ, ਸਵਰਗੀ ਅਜਮੇਰ ਸਿੰਘ ਜੀ ਉਹਨਾਂ ਦੇ ਪੋਤਰੇ ਟੋਨੀ ਆਸਟ੍ਰੇਲੀਆ ਜੀ, ਜਿਨ੍ਹਾਂ ਨੇ 1 ਲੱਖ ਰੁਪਏ ਦਾ ਬਹੁਤ ਵੱਡਾ ਯੋਗਦਾਨ ਇਸ ਕਬੱਡੀ ਕੱਪ ਲਈ ਦਿੱਤਾ ਹੈ। ਇਕਬਾਲ ਸਿੰਘ ਜੀ ਸਰਪੰਚ, ਉਹਨਾਂ ਦੀ ਯਾਦ ਵਿੱਚ ਹਰਮਨਦੀਪ ਸਰਾਂ ਜੀ ਬੈਸਟ ਟ੍ਰੀਟਮੈਂਟ ਜਾਫੀ ਲਈ ਟੀਵੀ ਦਿੱਤੇ ਜਾਣਗੇ, 21-21 ਸੌ ਰੁਪਏ ਦੇ ਮਾਣ ਵੀ ਦਿੱਤੇ ਜਾਣੇ ਹੈ। ਇੱਟਾਂ ਵਾਲੀ ਤੇ ਪਹਿਲੂ ਵਾਲੇ ਦੀਆਂ ਟੀਮਾਂ ਕਬੱਡੀ ਉੱਪਰ ਲਈ ਪੁੱਜ ਜਾਣ। ਦੂਸਰਾ ਮੈਚ ਮਾਲਾ ਖੁਰ ਤੇ ਕਮਿਆਣਾ, ਤੀਸਰਾ ਮੈਚ ਗੁਰਦਿੱਤੀ ਵਾਲਾ ਤੇ ਗੋਲ ਗਦਾਸ ਕਬੱਡੀ ਕਲੱਬ ਰੋੜੀ ਕਪੂਰਾ, ਲੱਲੇ ਸਮਾਲ ਸਰ ਮਚਾਕੀ ਤੇ ਝੰਡਿਆਣਾ ਪੱਛਮੀ, ਮਾਲਾ ਕਲਾਂ ਤੇ ਧਰਮਕੋਟ ਜੀ। ਅਗਲੀ ਗੱਲ ਮਾਈਕ ਤੋਂ ਮੰਦਰ ਮਿਰਜੇ ਕੇ, ਹਲੋ ਕੇ ਬਾਜਾਂ ਵਾਲਿਆ ਕਰਾਂ ਕੀ ਸਿਫਤ ਤੇਰੀ, ਕੀਤਾ ਉਪਕਾਰ ਥੋੜਾ ਕਿਸੇ ਪਾਸੇ ਤੇ ਥੋੜਾ ਕਿਸੇ ਪਾਸੇ, ਚਾਰ ਪੁੱਤ ਸੀ ਦਿੱਤੇ ਪਰਮਾਤਮਾ ਨੇ, ਚਾਰੇ ਦੇ ਚਾਰੇ ਵਾਰ ਦਿੱਤੇ, ਜੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ, 9 ਸਾਲ ਦੀ ਉਮਰ ਦੇ ਵਿੱਚ ਪਿਤਾ ਤੋਰਿਆ, ਦਿੱਲੀ ਦੇ ਵਿੱਚ ਸੀਸ ਕਿਸੇ ਪਾਸੇ ਤੇ ਘੋੜਾ ਕਿਸੇ ਪਾਸੇ, ਦੁਨੀਆ ਦੀ ਖਾਤਰ ਮਾਛੀਵਾੜੇ ਦੇ ਜੰਗਲਾਂ 'ਚ ਫਿਰੇ ਮੁਸੀਬਤਾਂ ਝੱਲਦਾ ਤੂੰ, ਤੇਰੇ ਤੀਰ ਕਿਸੇ ਪਾਸੇ ਤੇ ਤੋੜਾ ਕਿਸੇ ਪਾਸੇ, ਚਾਰ ਪੁੱਤ ਸੀ ਦਿੱਤੇ ਪਰਮਾਤਮਾ ਨੇ, ਚਾਰੇ ਦੇ ਚਾਰੇ ਵਾਰ ਦਿੱਤੇ,
ਜੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁਲੰਦ ਕੀਤਾ ਹੋਇਆ ਨਾਰਾ ਇੱਕ ਵਾਰੀ ਆਪਾਂ ਫਤਿਹ ਦਾ ਜਕਾਰਾ ਲਾਵਾਂਗੇ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਨਾਲ ਹੀ ਜਿੰਨੇ ਵੀ ਖੇਡ ਪ੍ਰੇਮੀ ਪਹੁੰਚੇ ਨੇ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਧੰਨ ਧੰਨ ਬਾਬਾ ਜਲਾਲ ਸ਼ਾਹ ਜੀ ਤੈਨੂੰ ਦੁਨੀਆਂ ਚੇਤੇ ਕਰਦੀ ਹੈ ਉਹ ਦੁਨੀਆਂ ਤੇ ਵਡਭਾਗਾ ਬੰਦਾ ਤੇ ਜੀਤੇ ਰਹਿਮਤ ਤੁਹਾਡੇ ਦਰ ਦੀ ਹੈ ਉਹ ਫਕਰਾਂ ਦੀ ਦੇਣ ਅੱਜ ਮਾਲਵੇ ਦਾ ਏਰੀਆ ਮੇਰੇ ਵੀਰੋ ਫਿਰੋਜ਼ਪੁਰ ਜ਼ਿਲ੍ਹੇ ਦੀ ਬੁੱਕਲ ਦਾ ਨਿੱਘ ਮਾਣਦਾ ਹੋਇਆ ਨਗਰ ਲੱਲਿਆਂ ਦੀ ਧਰਤੀ ਜਿੱਥੇ ਕਬੱਡੀ ਦਾ ਚੌਥਾ ਕਬੱਡੀ ਕੱਪ ਵੀ ਕਹਾਂਗਾ ਜਿੱਥੇ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਔਰ ਮੈਂ ਸੱਦਾ ਪੱਤਰ ਦੇਵਾਂ ਕਬੱਡੀ ਓਪਨ ਦਾ ਜੋ ਪਹਿਲਾ ਮੈਚ ਖੇਡਿਆ ਜਾਵੇਗਾ ਪਹਿਲੂ ਵਾਲਾ ਵਾਰਸ ਇੱਟਾਂ ਵਾਲੀ ਇਹ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਨਹੀਂ ਆ ਰਹੀਆਂ ਕਿਰਪਾ ਕਰਕੇ ਪਹਿਲੂ ਵਾਲਾ ਵਾਰਸ ਇੱਟਾਂ ਵਾਲੀ ਦੋਨੇ ਟੀਮਾਂ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਪਹੁੰਚਣ ਨਾਲ ਹੀ ਮਾਲਾ ਖੁਰਦ ਤੇ ਸੈਦੂ ਸਾਹ ਕਲੱਬ ਕੰਮਿਆਣਾ ਇਹ ਵੀ ਟੀਮਾਂ ਜਿਹੜੀਆਂ ਗਰਾਊਂਡ 'ਚ ਆਉਣ ਜਲਦੀ ਤੋਂ ਜਲਦੀ ਨਾਲ ਹੀ ਆਪਾਂ ਧੰਨਵਾਦ ਕਰਾਂਗੇ ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਜਗਮੇਲ ਸਿੰਘ ਜੀ ਸਰਪੰਚ ਸਾਹਿਬ ਅਜਮੇਰ ਸਿੰਘ ਜੀ ਸਰਾਂ ਇਹਨਾਂ ਵੱਲੋਂ ਸਾਨੂੰ 1,00,000 ਰੁਪਏ ਦੀ ਵੱਡੀ ਮਹਿਕ ਸੱਤਾ ਭੇਜੀ ਗਈ ਹੈ ਬਹੁਤ ਬਹੁਤ ਧੰਨਵਾਦ ਇਹਨਾਂ NRI ਭਰਾਵਾਂ ਦਾ ਵੱਡੀ ਦੇਣ ਜਿਹੜੇ ਅੱਜ ਕੰਡੇ ਲਹਿਰਾਉਂਦੇ ਨੇ ਇਹ ਦਾਨੀ ਸੱਜਣਾ ਦੀ ਦੇਣ ਹੈ ਮੇਰੇ ਵੀਰੋ 1,00,000 ਰੁਪਏ ਦਾ ਵੱਡਾ ਮਾਣ ਜਿਹੜਾ ਸਾਡੇ ਜਗਮੇਲ ਸਿੰਘ ਜੀ ਸਰਪੰਚ ਸਾਹਿਬ ਅਜਮੇਰ ਸਿੰਘ ਜੀ ਸਰਾਂ ਉਹਨਾਂ ਵੱਲੋਂ ਸਾਨੂੰ 1,00,000 ਰੁਪਇਆ ਦਿੱਤਾ ਗਿਆ ਦੋਨੋਂ ਟੀਮਾਂ ਜਲਦੀ ਤੋਂ ਜਲਦੀ ਪਹਿਲੂ ਵਾਲਾ ਵਾਰਸ ਇੱਟਾਂ ਵਾਲੀ ਦੋਨੇ ਟੀਮਾਂ ਨੂੰ ਕਾਫੀ ਟਾਈਮ ਹੋ ਗਿਆ ਆਵਾਜ਼ਾਂ ਮਾਰਦਿਆਂ ਹੁਣ ਅਸੀਂ ਦੋਨੋਂ ਟੀਮਾਂ ਜਿਹੜੀਆਂ ਕੱਟਣ ਜਾ ਰਹੇ ਹਾਂ ਮਾਲਾ ਖੁਰਦ ਤੇ ਸੈਦੂ ਸਾਹ ਕਲੱਬ ਕੰਮਿਆਣਾ ਹਾਂਜੀ ਮਨਪ੍ਰੀਤ ਮੇਰੇ ਕੁਰਸੀਆਂ ਨਹੀਂ ਆਈਆਂ ਤੁਹਾਡੀਆਂ ਹਾਂ ਕੁਰਸੀਆਂ ਲੈ ਕੇ ਆਓ ਮੇਰੇ ਬਹੁਤ ਹੀ ਧੰਨਵਾਦ ਜੀ ਟੋਨੀ ਸਰਾਂ ਆਸਟ੍ਰੇਲੀਆ ਜਿਹਨਾਂ ਵੱਲੋਂ ਬਹੁਤ ਸਾਰਾ ਸਹਿਯੋਗ ਇਸ ਪ੍ਰਬੰਧਕ ਕਮੇਟੀ ਨੂੰ ਦਿੱਤਾ ਗਿਆ ਵੈਸੇ ਸਵਾਗਤ ਕਰਦੇ ਹਾਂ ਸਾਬਕਾ ਸਰਪੰਚਦਾਰ ਮੁਖਤਿਆਰ ਸਿੰਘ ਜੀ ਸਾਡੇ ਦਰਮਿਆਨ ਪਹੁੰਚੇ ਆ ਸਵਾਗਤ ਧੰਨਵਾਦ ਬਾਈ ਚਮਕੌਰ ਸਰਾਂ ਠੇਕੇਦਾਰ ਸਾਹਿਬ ਉਹਨਾਂ ਦੇ ਨਾਲ ਪਹੁੰਚੇ ਸਾਰੇ ਹੀ ਪ੍ਰਬੰਧਕ ਵੀਰਾਂ ਦਾ ਸਵਾਗਤ ਧੰਨਵਾਦ ਜੀ ਦੋਨੇ ਟੀਮਾਂ ਇੱਟਾਂ ਵਾਲੀ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਪਹੁੰਚ ਚੁੱਕੀ ਹੈ ਪਹਿਲੂ ਵਾਲੇ ਦੀ ਟੀਮ ਨੂੰ ਮੈਂ ਕਾਲ ਕਰਾਂ ਪਹਿਲੂ ਵਾਲੇ ਦੀ ਟੀਮ ਜਲਦੀ ਤੋਂ ਜਲਦੀ ਸੁੱਖੇ ਵਰਗੇ ਪ੍ਰਗਟ ਵਰਗੇ ਆਪਣੀ ਟੀਮ ਲੈ ਕੇ ਪਹੁੰਚਣ ਪਹਿਲੂ ਵਾਲੇ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਆਵੇ ਜੀ ਨਾਲ ਹੀ ਮੈਂ ਸੱਦਾ ਦੇ ਰਿਹਾ ਮਾਲਾ ਖੁਰਦ ਵਰਸ ਸੈਦੂ ਸ਼ਾਹ ਕਲੱਬ ਕੰਮਿਆਣਾ ਦੋਨੇ ਟੀਮਾਂ ਜਿਹੜੀਆਂ ਗਰਾਊਂਡ 'ਚ ਆਉਣ ਜੀ ਨਾਲ ਹੀ ਧੰਨਵਾਦ ਕਿਸਾਨੀ ਸੱਜਣਾ ਦਾ ਸਾਡੇ ਨਿਰੰਜਣ ਸਿੰਘ ਜੀ ਜਗਸੀਰ ਸਿੰਘ ਜੀ ਕੈਨੇਡਾ ਇਹਨਾਂ ਵੱਲੋਂ ਬਹੁਤ ਵੱਡਾ ਸਹਿਯੋਗ ਔਰ ਕਬੱਡੀ ਦੇ ਮਹਾਨ ਖਿਡਾਰੀ ਲੱਲਿਆਂ ਵਾਲੇ ਬਲਦੇਵ ਨੂੰ ਡਿਸਕਵਰ ਮੋਟਰਸਾਈਕਲ ਦਿੱਤਾ ਜਾਣਾ ਮੇਰੇ ਵੀਰੋ ਅੱਜ ਇਸ ਖੇਡ ਮੈਦਾਨ ਦੇ ਵਿੱਚ ਔਰ ਨਾਲ ਹੀ ਧੰਨਵਾਦ ਕਰਾਂਗੇ ਸਾਡੇ ਬਖਤਾਰ ਸਿੰਘ ਜੀ ਰਾਜਾ ਗਿੱਲ UK ਇੰਗਲੈਂਡ ਵਾਲੇ 15,000 ਰੁਪਇਆ ਇਹਨਾਂ ਵੱਲੋਂ ਭੇਜਿਆ ਗਿਆ ਗੁਰਦੇਵ ਸਿੰਘ ਜੀ ਗੁਰਚਰਨ ਸਿੰਘ ਜੀ ਹਾਂਗਕਾਂਗ ਵਾਲੇ ਇਹਨਾਂ ਵੱਲੋਂ 11,000 ਰੁਪਇਆ ਭੇਜਿਆ ਗਿਆ ਗੁਰਬਖਸ਼ ਸਿੰਘ ਜੀ ਗੁਰਲਾਲ ਸਿੰਘ ਜੀ ਇਹਨਾਂ ਵੱਲੋਂ ਵੀ 11,000 ਰੁਪਇਆ ਭੇਜਿਆ ਗਿਆ ਔਰ ਕੁਲਵੀਰ ਸਿੰਘ ਹੈਪੀ ਕੈਨੇਡਾ ਸਾਡਾ ਬਹੁਤ ਹੀ ਜ਼ਿੰਦਗੀ ਦਾ ਪਰ ਮਿੱਤਰ ਉਸ ਵੀਰ ਵੱਲੋਂ ਸਾਨੂੰ 10,000 ਰੁਪਏ ਦਾ ਵੱਡਾ ਮਾਣ ਭੇਜਿਆ ਗਿਆ ਬਹੁਤ ਬਹੁਤ ਧੰਨਵਾਦ ਔਰ ਨਾਲ ਹੀ ਪੰਜਾਬ ਲਾਈਵ ਨੰਬਰ 1 ਦੇ ਜ਼ਰੀਏ ਦੁਨੀਆ ਭਰ ਦੇ ਵਿੱਚ ਆ ਜਿਹੜਾ ਖੇਡ ਮੇਲਾ ਆਲ ਵਰਲਡ ਦੇ ਵਿੱਚ ਦਿਖਾਇਆ ਜਾ ਰਿਹਾ ਜਿੰਨੇ ਵੀ ਖੇਡ ਪ੍ਰੇਮੀ ਜੁੜੇ ਨੇ ਉਸ ਸਾਈਟ ਦੇ ਜ਼ਰੀਏ
सारे ही खेड प्रेमियों का वड्डा धन्यवाद सारे जिया कहे जिन्हें दर्शक ग्राउंड के दायरे जुड़े ने पहलू वाले की टीम ग्राउंड आवे पहलू वाले की टीम ग्राउंड च नहीं आ रही आ गई जी माला खुरद ते कमे आना दोनों टीम ग्राउंड च आ माला खुरद ते कमे आना नाल ही गुरदित्ती वाला ते गोकल दास क्लब रोड़ी कपूरा ये भी टीम जिहड़ियां ग्राउंडां दे वल आ जाण नाल मैं धन्नवाद करा साडे अमरजीत सिंह जी सरा धर्मेंद्र सिंह जी सरा यूएसए वाले इन्हां वल्लों 6500 रुपये का सानू माण भेजा गया जसवंत सिंह जी 6500 रुपया सुशील कुमार बिट्टू जी झंझिया वाले इन्हां वल्लों 5500 रुपया दिता गया साडे बलराज सिंह जी साबका सरपंच साहब इन्हां वल्लों 5500 रुपया दिता गया हरमनदीप सरा 5500 रुपया जगजीत सिंह सरा सरपंच साहब इन्हां वल्लों 5500 रुपया भेजा गया करम सिंह जी सरा इन्हां वल्लों भी 5500 रुपया भेजा गया मंगतवीर झंझिया सरपंच उस वीर वालों भी 5500 रुपया भेजा गया नाल ही साढ़े जग सिंह जी नड्डा इन्हां वल्लों भी 5500 रुपया साढ़े तीर्थ सिंह जी सैंबी जेई कनेडा वाले इन्हां वल्लों भी 5500 रुपया भेजा गया रणजीत सिंह सरा कनेडा वाले 5500 रुपया मुख्तियार सिंह साबका सरपंच चमकार सिंह हांगकांग इन्हां वल्लों भी 5500 रुपया भेजा गया स्वर्गवासी मास्टर रजिंदर गिल जी 3200 रुपया नरंजन सिंह जी नंबरदार साहब 3100 रुपया गुरजीत सिंह जी सरा इन्हां वल्लों 3100 रुपया भेजा गया बाकी जिहड़े रहिंदे नां ने ओह बाद दे जानी सज्जणा दे अनाउंस करांगे पहला जो है मैच खेडा जाएगा पहलू वाला वर्सेज टिट्टा वाली मैच शुरू कराओ जी दोनों टीमों का कृपा करके चकनाई वाली चीज ला के कोई भी खिलाड़ी ग्राउंड च ना आवे ये मेरी हाथ बन के बेनती है चकनाई वाली चीज ला के कोई खिलाड़ी ग्राउंड च ना आवे ये प्रबंधक वीरां वल्लों बेनती भी बाद च कबड्डी नहीं पैण दित्ती जाएगी काफी टाइम जिहड़ा तुसीं खराब कर दिंदे हो बाद दे विच कबड्डी नहीं पैण दित्ती जाएगी ये खिलाड़ी वीर ध्यान दे नाल नोट कर लैण पहलू वाले की टीम जो है वह इधर चली गई है शिपदे वाली सैड जाने के फिरोजपुर वाली सैड कहांगा तलवंडी भाई वाली सैड जो है ये टीम मेरे वीरो इट्टा वाली की टीम जो है वह तलवंडी भाई वाली सैड चली गई है चढ़ते वाली सैड चली गई है जिथे कहते भी बलवंत पढ़ाने का पिंड है इट्टा वाली बहुत तकड़ा कबड्डी का खिलाड़ी इस पिंड ने पैदा किया है माला खुरद ते कमे आणा इट्टां वाली दी टीम जो ओ इधर खेडदी मेरे वीरो देखा भी आ कौन है ये इट्टां वाली दी धरती दा किंदा मेरे वीरो एक किंदा मशहूर आ कबड्डी दा खिलाड़ी के हाथ नहीं आउंदा रेडर काका कारी सारी दा किंदे नूं भी नहीं किसे तो जफा मारी दा लो अगली कबड्डी आ खिलाड़ी दा पिंड मेरे वीरो करमू वाला दुल्ले दे नौ दे नाल मशहूर है
एक दुला कहते भी सुरखपुरिया मशहूर है आ दुला इस समय करम वाले का अज इटा वाली के लिए बहुत सोहना पॉइंट जोड़ता हुआ अगली कबड्डी पहलू वाली है सुखे दी है आर देखा भी कदे वकीलों वाली है सुखे ने ताक जमाई आर अगली रेड पाण दे लई आ नौजवान सुखा वादा होया हेलो अगलिया टीम आउण जी माला खुरद ते साधू शाह क्लब कमेआणा दोनों टीम जल्दी तो जल्दी ग्राउंड दे विच आउण एक पासे करमू वालिया दुला सरदार गुरदत्त सिंह मान करदा आ नौजवान खिडारी दे उत्ते ते दूजे पासे देखा भी पहलू वालिया काला इस समय बहुत वधिया जफा मार के नंबर जोड़दा होया अपनी टीम दे लई कि करन पंजाबी मुट्ठी दे विच बंद हवावां नूं इक जोर दे नाल पौण सदा ठल दरियावां नूं उठणा भजे नप देण इह घंडी शेरां दी राज रहेड़ी करदा रहिंदा सिफत पंजाबी शेरां दी राज रेहड़ी करदा सिफत पंजाबी शेरां दी पहलू वाली सुखे ने धावा बोलिया इट्टां वाली कहिंदे ने दोने गिट्टे कैच कीते पर देखा भी सुखे ने कमाल दा पॉइंट जो है अपनी टीम दे लई जोड़िया आ नौजवान सिखी भी कायम जिथे इस नौजवान दे वीर ने कहिंदे भी माझे दी धरती ते बहुत तगड़े मैच खेडे लखी साधा वालिया मशहूर है ओहदा वीर है नौजवान इस समय कबड्डी पा के मुड़दा होया साधा वाले की धरती का गुरप्रीत सिंह बहुत सोहना अंक जोड़ता हुआ अपनी टीम दे लई अगली कबड्डी हनी दी है पहलू वाले दे वल्लों हनी नौजवान अगली रेड पाण दे लई वादा होया कि कौडी कौडी खेड मुंडिया तेरी खेड तो सद के जावा तेरे ना पंजाब वसदा है तेरा वाल विंगाना चाहवा साडे बहुत ही सत्कारयोग गुरबख्श सिंह जी लोहामा वाले मलकीत सिंह जी लोहामा वाले अपने समय का महान खिलाड़ी वो भी विशेष तौर पर पहुंचे ने अज देखा भी साढ़े सरपंच साहब सोढ़ी वाले तो जिंदगी दे पर मित्र ने सरदार बलदेव सिंह जी लल्या वाले दे और इन्हां दी जिंदगी दे पर मित्रां दे विचों घाटा पिया अज घाट रड़की चन्नण सिंह जेई दी बलदेव सिंह अज घाट रड़की सरदार चन्नण सिंह जी जेई जिन्हों तोती दे नां दे नाल दुनिया भर दे विच मशहूर सी ਉਹ ਵਾਲੀਬਾਲ ਦਾ ਖਿਡਾਰੀ ਅੱਜ ਘਾਟ ਉਸ ਖਿਡਾਰੀ ਦੀ ਰੜਕਦੀ ਹੋਈ ਲਓ ਗੱਲ ਕਬੱਡੀ ਦੇ ਮੈਦਾਨ ਦੀ ਹੈ ਕੌਣ ਹੈ ਸੁੱਖਾ ਔਰ ਦੂਜੇ ਪਾਸੇ ਦੇਖਾ ਵੀ ਗੋਰਾ ਹੈ ਇੱਕ ਮਰੂੜ ਵਾਲਾ ਇੱਕ ਆ ਦੇਖਾ ਵੀ ਇੱਟਾਂ ਵਾਲੀ ਆ ਗੋਰਾ ਇਸ ਸਮੇਂ ਸੁੱਖੇ ਨੂੰ ਡੱਕਣ ਦੀ ਤਿਆਰੀ ਕਰਦਾ ਹੋਇਆ ਔਰ ਦੇਖਾ ਵੀ ਗੱਲ ਵੱਖਰੀ ਬਣੀ ਪਈ ਹੈ ਨੰਬਰ ਇੱਟਾਂ ਵਾਲੀ ਦੀ ਟੀਮ ਦੇ ਲਈ ਅਸੀਂ ਨਾਲ ਦੀ ਨਾਲ ਸਵਾਗਤ ਕਰਦੇ ਹਾਂ ਜੀ ਸਰਦਾਰ ਹੀਰਾ ਸਿੰਘ ਜੀ ਇੰਸਪੈਕਟਰ ਸਾਹਿਬ ਵਿਸ਼ੇਸ਼ ਤੌਰ ਤੇ ਸਾਡੇ ਇਸ ਖੇਡ ਮੇਲੇ ਵਿੱਚ ਪਹੁੰਚੇ ਹੈ ਅਸੀਂ ਆਪਣੇ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਰਦਾਰ ਹੀਰਾ ਸਿੰਘ ਜੀ ਇੰਸਪੈਕਟਰ ਸਾਹਿਬ ਹਾਂਜੀ ਆਜੋ ਮੰਤਰ ਜੀ ਲਓ ਅਗਲੀ ਕਬੱਡੀ ਫੇਰ ਦੇਖਾਂ ਵੀ ਆਹ ਨੌਜਵਾਨ ਸਿੱਖ ਸਰਦਾਰ ਦੀ ਪੈਂਦੀ ਹੋਈ ਸਾਡੇ ਤਰਲੋਚਨ ਸਿੰਘ ਜੀ ਜੇਈ ਸਾਹਿਬ ਵੱਡੀ ਘਾਟ ਰੜਕੀ ਉਹਨਾਂ ਦੀ ਆਓ ਫਿਰ ਅਗਲੀ ਕਬੱਡੀ ਇਸ ਸਮੇਂ ਆ ਦੇਖਾਂ ਵੀ ਗੋਰਾ ਨਸ਼ੋਰਾ ਰੰਗ ਔਰ
ਹਣੀ ਨਾਮ ਇਸ ਖਿਡਾਰੀ ਦਾ ਦੂਜੇ ਪਾਸੇ ਇੱਟਾਂ ਵਾਲੀ ਆ ਕਹਿੰਦਾ ਕਹਿੰਦਾ ਵੀ ਮੈਂ ਦਫਾ ਮਾਰ ਕੇ ਦਿਖਾਵਾਂ ਪਰ ਨੰਬਰ ਜਿਹੜਾ ਇਹ ਪਹਿਲੂ ਵਾਲੇ ਦੀ ਟੀਮ ਦੇ ਵੀ ਜੁੜਦਾ ਹੋਇਆ ਅਗਲੀਆਂ ਦੋਨੋਂ ਟੀਮਾਂ ਮਾਲਾ ਖੁਰਦ ਖੇਡੇਗਾ ਸੈਦੂ ਸ਼ਾਹ ਕਲੱਬ ਕੰਮਿਆਣੇ ਦੇ ਨਾਲ ਇਹ ਦੋਨੇ ਟੀਮਾਂ ਕਿਉਂ ਨਹੀਂ ਆਉਂਦੀਆਂ ਗਰਾਊਂਡ 'ਚ ਮੈਚ ਜਿਹੜਾ ਸਮਾਪਤੀ ਦੇ ਵੱਲ ਹੈ ਮਾਲਾ ਖੁਰਦ ਵਰਸਸ ਸੈਦੂ ਸ਼ਾਹ ਕਲੱਬ ਕੰਮਿਆਣਾ ਦੋਨੇ ਟੀਮਾਂ ਗਰਾਊਂਡ 'ਚ ਆਉਣ ਜੀ ਗੁਰਦਿੱਤੀ ਵਾਲਾ ਤੇ ਗੋਕਲਦਾਸ ਕਲੱਬ ਰੋੜੀ ਕੂਰਾ ਇਹ ਸਾਰੀਆਂ ਟੀਮਾਂ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਪਹੁੰਚਣ ਹੈਲੋ ਹਾਂ ਬਈ ਸਮਾਲਸਰ ਕੌਲਦਾਸ ਕਲੱਬ ਦੀ ਐਂਟਰੀ ਨਹੀਂ ਆਈ ਆ ਦੇਖਾਂ ਵੀ ਪਹਿਲਾਂ ਮੱਥਾ ਟੇਕਿਆ ਨੌਜਵਾਨ ਬੋਨੀ ਮਾਲੇ ਵਾਲਾ ਜਿੱਥੇ ਕੈਨੇਡਾ ਵੀ ਖੇਡ ਆਇਆ ਔਰ ਪਿਛਲੇ ਪਾਸੇ ਝੰਡਿਆਣੇ ਦਾ ਰਵੀ ਦੇਖਿਆ ਔਰ ਲੁਆਮਾ ਵਾਲਾ ਰੇਸ਼ਮ ਦੇਖਿਆ ਨਜ਼ਰੀ ਪਿਆ ਨੌਜਵਾਨ ਅਗਲਾ ਮੈਚ ਬਹੁਤ ਵਧੀਆ ਖੇਡਿਆ ਜਾਵੇਗਾ ਮਾਲੇ ਖੁਰ ਦੀ ਟੀਮ ਜੋ ਪਹੁੰਚ ਚੁੱਕੀ ਹੈ ਔਰ ਜਲਦੀ ਤੋਂ ਜਲਦੀ ਸੈਦੂ ਸ਼ਾਹ ਕਲੱਬ ਕੰਮਿਆਣਾ ਖੇਡ ਮੈਦਾਨ ਦੇ ਵਿੱਚ ਪਹੁੰਚੇ ਅਸੀਂ ਧੰਨਵਾਦ ਕਰਦੇ ਹਾਂ ਜੀ ਸਰਦਾਰ ਕੁਲਜਿੰਦਰ ਸਿੰਘ ਜੀ ਗਰੇਵਾਲ ਸਾਹਿਬ ਸੰਧੂ ਸਾਹਿਬ ਇੱਟਾਂ ਵਾਲੀ ਦੇ ਪੁਆਇੰਟ ਨੇ 5 ਪਹਿਲੂ ਵਾਲੇ ਦੇ ਪੁਆਇੰਟ ਨੇ 10.5 ਪਹਿਲੂ ਵਾਲਾ ਗਿੱਲ ਸਾਹਿਬ ਜੇਤੂ ਕਰੋ ਜੀ ਔਰ ਅੱਜ ਲੱਲਿਆਂ ਦੀ ਟੀਮ ਦੇ ਵਿੱਚ ਜਿੱਥੇ ਪ੍ਰੀਤ ਦੇ ਵੀ ਜਹਰ ਦੇਖਾਂਗੇ ਨੌਜਵਾਨਾਂ ਤੇਰੀ ਖੇਡ ਦੇਖਾਂਗੇ ਅੱਜ ਵੱਖਰੇ ਨਜ਼ਾਰੇ ਜਿੱਥੇ ਸੋਨੀ ਵਰਗੇ ਔਰ ਸੁੱਖੇ ਵਰਗੇ ਬਹੁਤ ਵਧੀਆ